ਪਾਣੀ ਦੇ ਬਿੱਲ ਨੇ ਉਹਨਾਂ ਨੂੰ ਮਾਫ਼ ਕਰਨ ਦਾ ਫੈਸਲਾ ਗਿਆ 700 ਕਰੋੜ ਦਾ ਜੋ ਹੈ ਉਹ ਕਿਹਾ ਗਿਆ ਕਿ ਸਰਕਾਰ ਵੱਲੋਂ ਭਰਿਆ ਜਾਵੇਗਾ ਇਸ ਤੋਂ ਇਲਾਵਾ ਵੀ ਹੋਰ ਕਈ ਅਹਿਮ ਫੈਸਲੇ ਲਏ ਗਏ ਕਿ ਜੋ ਆਮ ਡੀ ਗ੍ਰੇਡ ਦੀਆਂ ਨੌਕਰੀਆਂ ਹੁੰਦੀਆਂ ਨੇ ਉੱਥੇ ਅੱਗੇ ਤੋਂ ਜੋ ਵੀ ਭਰਤੀਆਂ ਹੋਣਗੀਆਂ ਉਹ ਪੱਕੇ ਤੌਰ ਤੇ ਭਰਤੀਆਂ ਕੀਤੀਆਂ ਜਾਣੀਆਂ ਤਾਂ ਇਹਨਾਂ ਸਾਰੇ ਫੈਸਲਿਆਂ ਤੋਂ ਤੁਸੀਂ ਕਿਸ ਤਰੀਕੇ ਨਾਲ ਦੇ ਕਿ 2022 ਦੀਆਂ ਚੋਣਾਂ ਨੂੰ ਰਹਿ ਗਿਆ ਬਹੁਤ ਘੱਟ ਸਮਾਂ ਇਸ ਕਰਕੇ ਚੋਣਾਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਕਾਂਗਰਸ ਪਾਰਟੀ ਦੀ ਸਰਕਾਰ ਕੁਝ ਅਜਿਹੇ ਫੈਸਲੇ ਲੈਣ ਜਾ ਰਹੀ ਆ ਜਾਂ ਲੈ ਰਹੀ ਆ ਜਿਹਦੇ ਨਾਲ ਲੋਕਾਂ ਨੂੰ ਵੋਟਰਾਂ ਨੂੰ ਪ੍ਰਭਾਵਿਤ ਕੀਤਾ ਜਾ ਸਕਦਾ ਇਹ ਲੋਕਾਂ ਨੇ ਦੇਖਿਆ ਸੀ ਕਿ ਸਿੰਗੂ ਬਾਰਡਰ ਤੇ ਇੱਕ ਵਿਅਕਤੀ ਜੋ ਕਿ ਬੇਅਦਬੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਉਹਨਾਂ ਨੂੰ ਸਹਾਇਤਾ ਦਿੱਤੀ ਗਈ ਸੀ ਨੰਗ ਸਿੰਘਾਂ ਵੱਲੋਂ ਉਸ ਤੋਂ ਬਾਅਦ ਹਰ ਕਿਸੇ ਨੇ ਜੋ ਚਾਹੇ ਪਾਰਟੀ ਜਾਂ ਕਹੋਗੇ ਹੋਰ ਜੋ ਚੈਨਲਸ ਨੇ ਉਹਨਾਂ ਵੱਲੋਂ ਉਸ ਨੂੰ ਆਪਣੇ ਤਰੀਕੇ ਨਾਲ ਪੇਸ਼ ਕੀਤਾ ਗਿਆ ਤਾਂ ਕੁਝ ਲੋਕਾਂ ਨੇ ਉਸ ਨੂੰ ਆਮ ਕਿਸਾਨ ਜਿਹੜਾ ਮੋਰਚਾ ਹੈ ਉਸ ਨੂੰ ਵੀ ਆਪਣਾ ਡੇਰੇਲ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਹੋਰ ਵੀ ਕਾਫੀ ਬਿਆਨ ਵਗੈਰਾ ਆਏ ਤੇ ਉਸ ਤੋਂ ਬਾਅਦ ਉਹਨਾਂ ਸ਼ਰਧ ਪਵਾਰ ਦਾ ਇੱਕ ਬਿਆਨ ਆਇਆ ਉਹਨਾਂ ਨੇ ਕਿਹਾ ਕਿ ਜੋ ਸਿੱਖ ਕੌਮ ਹੈ ਇਹਨਾਂ ਦੀ ਜੋ ਭਾਰਤ ਦੇਸ਼ ਨੂੰ ਬਹੁਤ ਵੱਡੀ ਇੱਕ ਦੇਣ ਹੈ ਤਾਂ ਸਾਨੂੰ ਸਿੱਖ ਕੌਮ ਨੂੰ ਪ੍ਰਵੋਕ ਨਹੀਂ ਕਰਨਾ ਚਾਹੀਦਾ ਕਿਸੇ ਵੀ ਚੀਜ਼ ਨੂੰ ਲੈ ਕੇ ਤਾਂ ਤੁਸੀਂ ਇਸ ਗੱਲ ਬਾਰੇ ਕੀ ਕਹਿਣਾ ਚਾਹੋਗੇ ਜਿਹੜੀ ਉਹ ਘਟਨਾ ਵਾਪਰੀ ਆ ਦੇਖੋ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਨਿੰਦਰਯੋਗ ਗੈਰ ਮਨੁੱਖੀ ਵਰਤਾਰਾ ਹੋਇਆ ਆ ਆਪਾਂ ਪੰਜਾਬ ਦੇ ਲੋਕਾਂ ਨੇ ਹਮੇਸ਼ਾ ਮਨੁੱਖੀ ਅਧਿਕਾਰਾਂ ਦੀ ਗੱਲ ਕੀਤੀ ਆ ਠੀਕ ਆ ਕੁਝ ਲੋਕ ਇਸ ਘਟਨਾ ਨੂੰ ਲੈ ਕੇ ਤੁਰੰਤ ਲੈ ਫੈਸਲੇ ਦੀ ਛਲਾਗਾ ਵੀ ਕਰ ਰਹੇ ਨੇ ਪਰ ਜ਼ਿਆਦਾਤਰ ਲੋਕਾਂ ਦੇ ਜਿਹੜੇ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਲੋਕ ਨੇ ਅਮਨ ਕਾਨੂੰਨ ਵਿੱਚ ਵਿਸ਼ਵਾਸ ਰੱਖਣ ਵਾਲੇ ਲੋਕ ਨੇ ਅਮਨ ਕਾਨੂੰਨ ਦੀ ਗੱਲ ਕਰਦੇ ਨੇ ਕਾਨੂੰਨ ਦੀ ਗੱਲ ਕਰਦੇ ਨੇ ਉਹ ਸਾਰੇ ਲੋਕ ਇਸ ਘਟਨਾ ਦੀ ਬਹੁਤ ਵੱਡੇ ਪੱਧਰ ਤੇ ਵਿਰੋਧਤਾ ਕਰਦੇ ਨੇ ਪੰਜਾਬ ਦਾ ਵਪਾਰੀ ਉਹ ਕਿਸਾਨੀ ਸੰਘਰਸ਼ ਦੀ ਮਦਦ ਕਰ ਰਿਹਾ ਹੈ ਮਲਾਜ਼ਮ ਉਹ ਸੰਘਰਸ਼ ਦੀ ਮਦਦ ਕਰ ਰਿਹਾ ਹੈ ਦੋਜੀ ਉਹ ਸੰਘਰਸ਼ ਦੀ ਮਦਦ ਕਿਹੜਾ ਤਬਕਾ ਹੈ ਜਿਹੜਾ ਕਿਸਾਨੀ ਸੰਘਰਸ਼ ਦੇ ਹੱਕ ਵਿੱਚ ਨਹੀਂ ਆਇਆ ਹੈਗਾ ਇਸ ਕਰਕੇ ਇਹੀ ਸਰਕਾਰ ਦੀ ਜਿਹੜੀ ਚਿੰਤਾ ਬਣੀ ਹੋਈ ਹੈ ਕਿ ਜਿਹੜੀ ਉਹਨਾਂ ਦੀ ਗੱਲਬਾਤ ਆ ਜਿਹੜਾ ਉਹਦਾ ਅਜੰਡਾ ਹੈ ਉਹ ਅੱਗੇ ਨਹੀਂ ਵੱਧ ਰਿਹਾ ਉਹ ਸਰਕਾਰ ਇਹ ਚਾਹੁੰਦੀ ਹੈ ਕਿ ਇਹਨਾਂ ਦੇ ਵਿੱਚ ਜਿਹੜੀਆਂ ਸਾਰੀਆਂ ਚੀਜ਼ਾਂ ਉਹਨਾਂ ਨੂੰ ਤੋੜਨ ਦਾ ਯਤਨ ਕੀਤਾ ਜਾਵੇ ਫਿਰ ਤੁਸੀਂ ਕੱਲ ਨੂੰ ਲਖੀਂਪੁਰ ਘਟਣਾ ਵਾਪਰੀ ਫਿਰ ਉਹ ਕਹੋਗੇ ਅਸੀਂ ਉਹਨਾਂ ਨੇ ਫੈਸਲਾ ਲੈ ਲਿਆ ਕੱਲ ਨੂੰ ਜਿਹੜੇ ਪੁਲਿਸ ਹੁੰਦੀ ਆ ਪੁਲਿਸ ਬਾਰੇ ਇਹ ਗੱਲ ਕਹੀ ਜਾਂਦੀ ਹੈ ਕਿ ਝੂਠੇ ਪੁਲਿਸ ਮﻘਾਬਲੇ ਕਰਦੇ ਕੱਲ ਨੂੰ ਪੁਲਿਸ ਕੋਈ ਚਾਰ ਬੰਦੇ ਤਿੰਨ ਬੰਦੇ ਦੋ ਬੰਦਿਆਂ ਨੂੰ ਫੜਦੀ ਆ ਉਹਨਾਂ ਨੂੰ ਕਹਿੰਦੇ ਵੀ ਇਹਨਾਂ ਨੇ ਚੋਰੀ ਕੀਤੀ ਹੈ ਉਹਨੇ ਕੋਈ ਅਰੇਬ ਕੀਤਾ ਉਹਨੇ ਕਿਸੇ ਨਵਾਲਕ ਨੂੰ ਵਰਗਲਾ ਚਲੇ ਗਏ ਉਹਨੇ ਨਾਲ ਗਲਤ ਕੰਮ ਕੀਤਾ ਉਹ ਕੱਲ ਨੂੰ ਪੁਲਿਸ ਉਹਨਾਂ ਨੂੰ ਮੌਕੇ ਪਰ ਹਿਸਾਬ ਕਿਤਾਬ ਕਰ ਦਿੰਦੀ ਆ ਮੌਕੇ ਪਰ ਸਜ਼ਾ ਦੇ ਨੂੰ ਕੀ ਅਸੀਂ ਉਹਨੂੰ ਜਸਟੀਫਾਈ ਕਰਾਂਗੇ ਚਰਨਜੀਤ ਸਿੰਘ ਚੰਨੀ ਅਤੇ ਨਵਜੋਤ ਸਿੰਘ ਸਿੱਧੂ ਦੇ ਵਿੱਚ ਇੱਕ ਮੀਟਿੰਗ ਹੋਈ ਆ ਤੇ ਉਸ ਮੀਟਿੰਗ ਬਾਰੇ ਤੁਸੀਂ ਕੀ ਵਿਚਾਰ ਦੇਣਾ ਚਾਹੋ ਦੇਖੋ ਨਵਜੋਤ ਸਿੱਧੂ ਨੇ ਜਿਹੜੇ ਮੁੱਦੇ ਉਠਾਏ ਹੋਏ ਆ ਆਪਣੇ ਆਪ ਦੇ ਵਿੱਚ ਉਹ ਜਿਹੜੇ ਮੁੱਦੇ ਆ ਉਹ ਲੋਕ ਹਿੱਤ ਦੇ ਮੁੱਦੇ ਆ ਇਹਦੇ ਵਿੱਚ ਕੋਈ ਦੋਰਾਇਆ ਨਹੀਂ ਉਹ ਮੁੱਦੇ ਨੇ ਜਿਹੜੇ ਉਹਨਾਂ ਨੇ ਲੋਕਾਂ ਦੇ ਨਾਲ ਵਾਅਦਾ ਕੀਤਾ ਹੈ ਜੋ ਮੁੱਦੇ ਆ ਜਿਹੜੇ ਹਸਪਤਾਲ ਮਸਲੇ ਆ ਜਿਹੜੇ ਉਹ ਹੱਲ ਹੋਣਗੇ ਉਹਨਾਂ ਮੁੱਦਿਆਂ ਨੂੰ ਇਹ ਲੈ ਕੇ ਹੀ ਕੈਪਟਨ ਬਰਿੰਦਰ ਸਿੰਘ ਦੀ ਸਰਕਾਰ ਦਾ ਭਾਸਾ ਜਿਹੜਾ ਉਹ ਪਲਟਿਆ ਗਿਆ ਸਤਿ ਸ਼੍ਰੀ ਅਕਾਲ ਪੰਜਾਬ ਸਟਾਰ ਟੀਵੀ ਦੇਖ ਰਹੇ ਤਮਾਮ ਦਰਸ਼ਕਾਂ ਦਾ ਮੈਂ ਜਸਬੀਰ ਸਿੰਘ ਸਵਾਗਤ ਕਰਦਾ ਹਾਂ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਸਪੈਸ਼ਲ ਰਿਪੋਰਟ ਇਸ ਪ੍ਰੋਗਰਾਮ ਵਿੱਚ ਗੱਲ ਕਰਾਂਗੇ ਸਿਆਸਤ ਨਾਲ ਜੁੜੇ ਕੁਝ ਅਹਿਮ ਮੁੱਦਿਆਂ ਦੇ ਬਾਰੇ ਵਿੱਚ ਜਿਸ ਬਾਰੇ ਵਿਸਥਾਰ ਨਾਲ ਚਰਚਾ ਕਰਨ ਲਈ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਗਾ ਸਰਜੈ ਸਿੰਘ ਸਿੱੱਪਰ ਜੀ ਸਰਬੋਤਮ ਸਵਾਗਤ ਹੈ ਤੁਹਾਡਾ ਧੰਨਵਾਦ ਜਸਵੀਰ ਜੀ ਹਾਂ ਸਰ ਆਪਣੀ ਜੋ ਅੱਜ ਦੀ ਆਪਾਂ ਜੇਕਰ ਸਿਆਸਤ ਦੀ ਗੱਲ ਕਰੀ ਤਾਂ ਅੱਜ ਪੰਜਾਬ ਕੈਬਨਿਟ ਦੀ ਮੀਟਿੰਗ ਹੋਈ ਹੈ ਜਿਸ ਵਿੱਚ ਕਿ ਕੁਝ ਅਹਿਮ ਫੈਸਲੇ ਲਏ ਗਏ ਨੇ ਪਹਿਲਾਂ ਜਿਵੇਂ ਕਿ ਬਿਜਲੀ ਦੇ ਬਿੱਲ ਵਗੈਰਾ ਵਾਸਤੇ ਫੈਸਲੇ ਲਏ ਗਏ ਸੀ ਅੱਜ ਜੋ ਪਾਣੀ ਦੇ ਬਿੱਲ ਨੇ ਉਹਨਾਂ ਨੂੰ ਮਾਫ ਕਰਨ ਦਾ ਫੈਸਲਾ ਲਿਆ ਗਿਆ 700 ਕਰੋੜ ਦਾ ਜੋ ਹੈ ਉਹ ਕਿਹਾ ਗਿਆ ਕਿ ਸਰਕਾਰ ਵੱਲੋਂ ਭਰਿਆ ਜਾਵੇਗਾ ਇਸ ਤੋਂ ਇਲਾਵਾ ਵੀ ਹੋਰ ਕਈ ਅਹਿਮ ਫੈਸਲੇ ਲਏ ਗਏ ਕਿ ਜੋ ਆਮ ਡੀ ਗ੍ਰੇਡ ਦੀਆਂ ਨੌਕਰੀਆਂ ਹੁੰਦੀਆਂ ਨੇ ਉੱਥੇ ਅੱਗੇ ਤੋਂ ਜੋ ਵੀ ਭਰਤੀਆਂ ਹੋਣਗੀਆਂ ਉਹ ਪੱਕੇ ਤੌਰ ਤੇ ਭਰਤੀਆਂ ਕੀਤੀਆਂ ਜਾਣਗੀਆਂ ਤਾਂ ਇਹਨਾਂ ਸਾਰੇ ਫੈਸਲਿਆਂ ਨੂੰ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ ਜਸਵੀਰ ਸਭ ਤੋਂ ਪਹਿਲਾਂ ਤਾਂ ਆਪਾਂ ਆਪਣੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲਨ ਵਾਸਤੇ ਗੁੱਡ ਮਾਰਨਿੰਗ ਗੁੱਡ ਈਵਨਿੰਗ ਗੱਲ ਇਹ ਹੈ ਕਿ 2022 ਦੀਆਂ ਚੋਣਾਂ ਨੂੰ ਰਹਿ ਗਿਆ ਬਹੁਤ ਘੱਟ ਸਮਾਂ ਇਸ ਕਰਕੇ ਚੋਣਾਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਕਾਂਗਰਸ ਪਾਰਟੀ ਦੀ ਸਰਕਾਰ ਕੁਝ ਅਜਿਹੇ ਫੈਸਲੇ ਲੈਣ ਜਾ ਰਹੀ ਆ ਜਾਂ ਲੈ ਰਹੀ ਆ ਜਿਦੇ ਨਾਲ ਲੋਕਾਂ ਨੂੰ ਬੋਰਡਰਾਂ ਨੂੰ ਪ੍ਰਭਾਵਿਤ ਕੀਤਾ ਜਾ ਸਕੀ। ਹਾਂਜੀ ਦੇਖੋ ਵਾਰ-ਵਾਰ ਜਿਹੜੀ ਤੁਲਨਾ ਕੀਤੀ ਜਾਂਦੀ ਆ ਆਮ ਆਦਮੀ ਪਾਰਟੀ ਦੀ ਕਾਂਗਰਸ ਪਾਰਟੀ ਵਿਰੋਧ ਕਰਦੀ ਆ ਤੇ ਆਮ ਆਦਮੀ ਪਾਰਟੀ ਹਮੇਸ਼ਾ ਜਿਹੜੀ ਗੱਲ ਕਰਦੀ ਆ ਉਹ ਦਿੱਲੀ ਦੀ ਅਰਵਿੰਦ ਕੇਜਰੀਵਾਲ ਦੀ ਜਿਹੜੀ ਸਰਕਾਰ ਆ ਉਦੇ ਵੱਲੋਂ ਜੋ ਫੈਸਲੇ ਲੈ ਰਹੀ ਆ ਉਹਦੇ ਬਾਰੇ ਗੱਲ ਕਰਦੀ ਆ ਕਿ ਕੇਜਰੀਵਾਲ ਦੀ ਸਰਕਾਰ ਨੇ ਗਰੀਬਾਂ ਵਾਸਤੇ ਆ ਕਰਤਾ ਲੋਕਾਂ ਵਾਸਤੇ ਇਹ ਕੀਤਾ ਉਸ ਤਰਜ਼ ਤੇ ਜਿਹੜੀ ਪੰਜਾਬ ਦੀ ਸਰਕਾਰ ਆ ਪੰਜਾਬ ਦੀ ਕਾਂਗਰਸ ਪਾਰਟੀ ਦੀ ਸਰਕਾਰ ਆ ਉਹ ਅਜਿਹੇ ਫੈਸਲੇ ਲੈ ਰਹੀ ਆ ਜਿਹਦੇ ਨਾਲ ਲੋਕਾਂ ਦੇ ਵਿੱਚ ਖਾਸ ਕਰਕੇ ਜਿਹੜਾ ਮਿਡਲ ਵਰਗ ਆ ਤੇ ਜਿਹੜਾ ਲੋਅਰ ਵਰਗ ਆ ਉਹ ਪ੍ਰਭਾਵਿਤ ਹੋ ਸਕੇ ਅਜਿਹੇ ਫੈਸਲੇ ਲੈ ਰਹੀ ਆ ਪਿਛਲੇ ਦਿਨਾਂ ਜੇ ਜਿਹੜਾ ਅੱਜ ਤਾਜ਼ਾ ਕੈਬਨਟ ਦੇ ਵਿੱਚ ਫੈਸਲਾ ਲਿੱਤਾ ਇੱਕ ਤਾਂ ਦੇਖੋ ਬਹੁਤ ਮਹੱਤਵਪੂਰਨ ਫੈਸਲਾ ਹੈ ਜਿਹੜਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੋਰਾਂ ਦੀ ਅਗਵਾਈ ਹੇਠ ਸਰਕਾਰ ਨੇ ਲਿੱਤਾ ਉਹ ਇਹ ਹੈ ਕਿ ਜਿਹੜੀ ਭਾਰਤੀ ਅੱਗੇ ਨੂੰ ਭਵਿੱਖ ਵਿੱਚ ਹੋਵੇਗੀ ਡੀ ਕੈਟਾਗਰੀ ਦੀ ਜਿਹਦੇ ਵਿੱਚ ਆਪਾਂ ਇਹ ਗੱਲ ਕਹਿ ਸਕਦੇ ਆ ਵੀ ਜਿਹਦੇ ਚ ਪੀਐਨ ਹੋਗੇ ਬੇਲਦਾਰ ਹੋਗੇ ਡਰਾਈਵਰ ਹੋਗੇ ਜਾਂ ਸਭ ਤੋਂ ਲੋਅਸਟ ਜਿਹੜੀ ਪੋਸਟ ਆ ਉਹ ਡੀ ਕੈਟਾਗਰੀ ਦੀ ਮੰਨੀ ਜਾਂਦੀ ਹੈ ਵੀ ਉਹ ਜਿਹੜੀ ਵੀ ਭਰਤੀ ਭਵਿੱਖ ਵਿੱਚ ਹੋਵੇਗੀ ਉਹ ਸਾਰੀ ਰੈਗੂਲਰ ਹੋਵੇਗੀ ਇਹ ਇੱਕ ਆਪਣੇ ਆਪ ਦੇ ਵਿੱਚ ਬਹੁਤ ਮਹੱਤਵਪੂਰਨ ਫੈਸਲਾ ਪਿਛਲੇ ਲੰਬੇ ਸਮੇਂ ਤੇ ਹੋ ਕੀ ਰਿਹਾ ਕਿ ਜਿਹੜੇ ਉੱਪਰ ਟਾਪ ਦੇ ਅਧਿਕਾਰੀ ਨੇ ਏ ਗ੍ਰੇਡ ਦੇ ਜਾਂ ਬੀ ਗ੍ਰੇਡ ਉੱਥੇ ਤਾਂ ਰੈਗੂਲਰ ਭਰਤੀ ਹੋ ਰਹੀ ਆ ਜਿਹੜੀ ਸੀ ਤੇ ਡੀ ਆ ਉੱਥੇ ਆਊਟਸੋਰਸਸ ਦੇ ਰਹੀ ਜਾਂ ਠੇਕੇ ਰਹੀ ਇਹ ਜਿਹੜੀ ਕੰਟਰੈਕਟ ਬੇਸ ਤੇ ਜਿਹੜੀ ਭਰਤੀ ਆ ਉਹ ਕੀਤੀ ਜਾਂਦੀ ਆ ਜਿੱਦਾਂ ਸਿੱਟਾ ਇਹ ਨਿਕਲਦਾ ਕਿ ਜਦੋਂ ਇਹ ਫਿਰ ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜੇ ਮੁਲਾਜ਼ਮ ਨੇ ਸੀ ਤੇ ਡੀ ਕੈਟਾਗਰੀ ਵਾਲੇ ਉਹ ਸੜਕਾਂ ਪਰ ਉਤਰੇ ਰਹਿੰਦੇ ਉਤਰੇ ਰਹਿੰਦੇ ਨੇ ਪ੍ਰੋਟੈਸਟ ਕਰਦੇ ਨੇ ਹੁਣ ਤੁਸੀਂ ਦੇਖੋ ਪਿਛਲੇ 10-15 ਸਾਲਾਂ ਤੋਂ ਆਪਾਂ ਦੇਖਦੇ ਆ ਰਹੇ ਆ ਜਿਹੜਾ ਮੁੱਖ ਮੰਤਰੀ ਹੁੰਦਾ ਜਿਹੜਾ ਸੂਬੇ ਦਾ ਐਫਐਫ ਹੁੰਦਾ ਉਹਦੇ ਹਲਕੇ ਦੇ ਵਿੱਚ ਧਰਨੇ ਮਜਾਰੇ ਲੱਗੇ ਰਹਿੰਦੇ ਆ ਕਦੇ ਉਹ ਦੌਰ ਸੀਗਾ ਜਿਹੜਾ ਬਠਿੰਡੇ ਦੀਆਂ ਸੜਕਾਂ ਪਰ ਜਾਂ ਰਹਿੰਦੀਆਂ ਸੀ ਕਿ ਬਠਿੰਡੇ ਦੇ ਵਿੱਚ ਡੰਗਾ ਛੋਟੇ ਚੱਲਦੇ ਤੇ ਮੁਲਾਜ਼ਮਾਂ ਪਰ ਮਹੱਕੀ ਮੰਗਾ ਮੰਗਣ ਵਾਲੇ ਜਿਹੜੇ ਪ੍ਰੋਟੈਸਟ ਕਰੀਤੇ ਫਿਰ ਉਹ ਬਦਲ ਕੇ ਸਰਕਾਰ ਬਦਲੀ ਤਾਂ ਪਟਿਆਲਾ ਆ ਗਿਆ ਹੁਣ ਮੁੱਖ ਮੰਤਰੀ ਬਦਲੇ ਉਹ ਸਾਰਾ ਜਿਹੜਾ ਦੌਰ ਮੁਦਾਰਤ ਉਮਰਡੇ ਆ ਗਿਆ ਇਸ ਕਰਕੇ ਉਹ ਮੁੱਖ ਮੰਤਰੀ ਸਾਹਿਬਾ ਦਾ ਜਿਹੜਾ ਇਹ ਫੈਸਲਾ ਵੀ ਡੀ ਕੈਟਾਗਰੀ ਦੇ ਜਿਹੜੇ ਮੁਲਾਜ਼ਮਾਂ ਉਹ ਰੈਗੂਲਰ ਭਰਤੀ ਕੀਤੀ ਜਾਵੇਗੀ ਇਹ ਆਪਣੇ ਆਪ ਦੇ ਇੱਕ ਮਹੱਤਵਪੂਰਨ ਫੈਸਲਾ ਹੈ ਹੁੰਦਾ ਕੀ ਹੈ ਕਿ ਜਦੋਂ ਜਿਹੜੇ ਟੌਪ ਦੇ ਉੱਪਰ ਸਰਕਾਰ ਚਲਾਉਣ ਵਾਲੇ ਆ ਤੁਸੀਂ ਉਹ ਰੈਗੂਲਰ ਕਰੀ ਜਾ ਰਹੇ ਆ ਰੈਗੂਲਰ ਭਾਰਤੀ ਹੁੰਦੇ ਆ ਉਹਨਾਂ ਨੂੰ ਹਰ ਸਾਲ ਦੀਆਂ ਸੁੱਖ ਸਹੂਲਤਾਂ ਆ ਸਹੂਲਤਾਂ ਮਿਲਦੀਆਂ ਜਿਹੜਾ ਪਾਇਦਾਨ ਦੇ ਜਿੰਦਗੀ ਦੇ ਪਾਇਦਾਨ ਦੇ ਪਰ ਸਭ ਤੋਂ ਥੱਲੇ ਬੈਠੇ ਨੇ ਲੋਕ ਜਿਹੜੀਆਂ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਸਹੂਲਤਾਂ ਦੀ ਜ਼ਰੂਰਤ ਆ ਜਿਨ੍ਹਾਂ ਨੂੰ ਆ ਜੀਵਨ ਪੱਧਰ ਉੱਚਾ ਚੁੱਕਣ ਵਾਸਤੇ ਉਹਨਾਂ ਦੀ ਮਦਦ ਦੀ ਜ਼ਰੂਰਤ ਆ ਉਹਨਾਂ ਨੂੰ ਜਿਹੜੀਆਂ ਬਹੁਤ ਸਾਰੀਆਂ ਘੱਟ ਸਹੂਲਤਾਂ ਸਰਕਾਰਾਂ ਦਿੰਦੀਆਂ ਇਸ ਕਰਕੇ ਅੱਜ ਦੀ ਕੈਬਨਿਟ ਨੇ ਜਿਹੜੀ ਪਿਛਲੀ ਸਰਕਾਰ ਦਾ ਫੈਸਲਾ ਉਹਨੂੰ ਬਦਲਦੇ ਹੋਏ ਜਿਹੜਾ ਗਰੀਬ ਵਰਗ ਆ ਨੀਵਨ ਵਰਗ ਆ ਉਹਨੂੰ ਬਹੁਤ ਵੱਡੀ ਇੱਕ ਤਰ੍ਹਾਂ ਦੀ ਰਾਹਤ ਦਿੱਤੀ ਆ ਜਿਹੜੀ ਅਗਲੀ ਭਾਰਤੀਆ ਰੈਗੂਲਰ ਹੋਵੇਗੀ ਤੇ ਜਿਹੜਾ ਦੂਜਾ ਫੈਸਲਾ ਲਿੱਤਾ ਉਹ ਇਹ ਆ ਕਿ ਹਰ ਵਾਰੀ ਜਿਵੇਂ ਮੈਂ ਪਹਿਲਾਂ ਕਹਿ ਕੇ ਹਟਿਆ ਕੇ ਆ ਆਮ ਆਦਮੀ ਕਹਿ ਰਹੀ ਪਾਰਟੀ ਕਹਿੰਦੀ ਆ ਕਿ ਅਸੀਂ ਦਿੱਲੀ ਦੇ ਵਿੱਚ ਮੁਫਤ ਪਾਣੀ ਦਿੱਤਾ ਹੋਇਆ ਉਹਦੇ ਵਿੱਚ ਸ਼ਹਿਰ ਵਾਸੀਆਂ ਨੂੰ ਤੇ ਪਿੰਡ ਵਾਸੀਆਂ ਨੂੰ ਜਿਹੜੇ ਕਿ ਪੰਜਾਬ ਵਾਸੀਆਂ ਨੂੰ ਪਾਣੀ ਦਾ ਜਿਹੜੀ ਕਿ ਬਹੁਤ ਵੱਡੀ ਰਾਹਤ ਦਿੱਤੀ ਆ ਹੁਣ ਹੋਵੇਗਾ ਕਿਆ 125 ਗਜ ਤੱਕ ਦੇ ਜਿਹੜੇ ਪਲਾਟ ਨੇ ਸ਼ਹਿਰਾਂ ਦੇ ਵਿੱਚ ਉਹਨਾਂ ਨੂੰ ਤਾਂ ਟੋਟਲੀ ਇਹਨਾਂ ਨੇ ਪਾਣੀ ਆ ਜਿਹੜਾ 125 ਗਜ ਤੱਕ ਦਾ ਟੋਟਲੀ ਫ੍ਰੀ ਕਰ ਦਿੱਤਾ। ਉਹ ਤੋਂ ਬਾਅਦ ਆ ਜਿਹੜਾ 125 ਗਜ ਤੋਂ ਉੱਪਰ ਜਿਹਦਾ ਪਲਾਟ ਹੋਵੇਗਾ ਉਹਨਾਂ ਨੂੰ ਜਿਹੜੀ ਮਿਨੀਮਮ ਸਲਾਇਵ ਰੇਟ ਦੀ ਉਹ 50 ਰੁਪਏ ਰੱਖੀ ਆ। ਉਹ ਤੋਂ ਬਾਅਦ ਆ ਜਿਹੜਾ ਰੇਟ ਆ ਉਹ ਵਾਧੇ ਜਾਣਗੇ। ਇਹ ਨਵਾਂ ਰੇਟ ਆ ਜਿਹੜਾ ਇਹ ਅੱਜ ਇਹਨਾਂ ਨੇ ਅਪਰੂਵ ਆ ਜਿਹੜਾ ਕੀਤਾ। ਤੇ ਨਾਲ ਦੀ ਨਾਲ ਜਿਹੜੇ ਪਿਛਲੇ ਬਕਾਏ ਖੜੇ ਤੇ 700 ਕਰੋੜ ਦੇ ਕਰੀਬ ਜਿਹੜੀਆਂ ਨਗਰ ਕਾਉਂਸਲਾਂ ਨੇ ਨਗਰ ਨਿਗਮਾਂ ਨੇ ਲੋਕਾਂ ਤੋਂ ਬਕਾਇਆ ਲੈਣਿਆ ਉਹ 700 ਕਰੋੜ ਰੁਪਏ ਦਾ ਜਿਹੜਾ ਮਾਫ ਕਰਤਾ ਬਿਅਫ ਕਰਤਾ ਇਸੇ ਤਰ੍ਹਾਂ ਜਿਹੜੇ ਪਿੰਡਾਂ ਦੇ ਵਿੱਚ ਸੀਗੇ ਉੱਥੇ ਵੀ ਕੋਈ 1100 ਕਰੋੜ ਦੇ ਲਗਭਗ ਜਿਹੜੀ ਰਾਸ਼ੀ ਆ ਉਹ ਖੜੀ ਸੀਗੀ ਉਹ ਵੀ ਜਿਹੜੀ ਮਾਫ ਕਰ ਦਿੱਤੀ ਗਿਆ ਉਹ ਪਿੰਡਾਂ ਦੇ ਲੋਕਾਂ ਨੂੰ ਤੇ ਸ਼ਹਿਰਾਂ ਦੇ ਲੋਕਾਂ ਨੂੰ ਸਰਕਾਰ ਨੇ ਇੱਕ ਵੱਡੀ ਰਾਹਤ ਦਿੱਤੀ ਹੈ ਕਿ ਪਾਣੀ ਦੇ ਬਿੱਲੇ ਜਿਹੜੇ ਉਹਨਾਂ ਦੇ ਬਕਾਇਆ ਉਹ ਮਾਫ ਹੋ ਜਾਣਗੇ ਹੁਣ ਇਹਦੇ ਵਿੱਚ ਅੱਗੇ ਨੂੰ ਕੀ ਹੋਵੇਗਾ ਕਿ ਜਿਵੇਂ ਪਿੰਡਾਂ ਦੇ ਵਿੱਚ ਜਿਹੜੀਆਂ ਜਾਂ ਸ਼ਹਿਰਾਂ ਦੀਆਂ ਜਿਹੜੀਆਂ ਟਿਊਬਲ ਦੇ ਬਿੱਲ ਨੇ ਉਹ ਸਰਕਾਰ ਨੇ ਮਾਫ਼ ਕੀਤੇ ਹੋਏ ਨੇ ਪਰ ਜਿਹੜੀਆਂ ਪਿੰਡਾਂ ਦੇ ਵਿੱਚ ਕਿਸੇ ਇੱਕ ਪਿੰਡ ਦੇ ਵਿੱਚ ਜਾਂ ਦੋ ਜਾਂ ਤਿੰਨ ਪਿੰਡਾਂ ਦੀ ਇੱਕ ਸਾਂਝਾ ਜਿਹੜਾ ਟਿਊਬਲ ਲੱਗਿਆ ਹੋਇਆ ਪਾਣੀ ਵਾਲਾ ਜਿਹੜਾ ਜਨ ਸਿਹਤ ਵਿਭਾਗ ਦੇ ਅਧੀਨ ਆਉਂਦਾ ਉਹ ਜਿਹੜੇ ਬਿੱਲ ਬੰਦਦੇ ਤੇ ਉਹਨਾਂ ਦੇ ਉਹ ਬਿੱਲ ਆ ਜਿਹੜੇ ਪਿੰਡਾਂ ਵਾਲਿਆਂ ਤੋਂ ਵਸੂਲੇ ਜਾਂਦੇ ਤੇ ਪਰ ਕਿਤੇ ਨਾ ਕਿਤੇ ਉਹ ਬਿੱਲ ਦੀ ਜਮ੍ਹਾਂ ਨਾ ਹੋਣ ਕਰਕੇ ਪਾਣੀ ਦੇ ਕਨੈਕਸ਼ਨ ਆ ਜਿਹੜੇ ਮੋਟਰਾਂ ਦੇ ਕਨੈਕਸ਼ਨ ਆ ਉਹ ਪਾਵਰ ਕਮਪਟ ਡਿਪਾਰਟਮੈਂਟ ਆ ਜਿਹੜਾ ਉਹ ਆ ਕੇ ਬੰਦ ਕਰ ਦਿੱਤਾ ਕਰ ਦਿੰਦਾ ਜਿਹਦੇ ਨਾਲ ਕਿਤਨਾ ਕਿਤੇ ਜਿਹੜੇ ਮੀਟਰਾਂ ਦੀ ਕਨੈਕਸ਼ਨ ਆ ਉਹ ਕੱਟਦੀ ਰਹਿੰਦੀ ਸੀਗੀ ਹੁਣ ਸਰਕਾਰ ਨੇ ਇਹ ਫੈਸਲਾ ਕਰ ਲਿਆ ਕਿ ਜਿਹੜੇ ਜਨ ਸੇਤ ਵਿਭਾਗ ਦੇ ਰਾਹੀਂ ਜਿਹੜੀਆਂ ਟੁੱਟੀਆਂ ਲੱਗੀਆਂ ਹੋਈਆਂ ਨੇ ਮੋਟਰਾਂ ਲੱਗੀਆਂ ਹੋਈਆਂ ਨੇ ਜਿਹਨਾਂ ਨੂੰ ਆਪਾਂ ਪਾਣੀ ਵਾਲੀਆਂ ਟੈਂਕੀਆਂ ਕਹਿੰਦਾ ਇਹਨਾਂ ਦੇ ਜਿਹੜੇ ਵੀ ਕਨੈਕਸ਼ਨ ਜਿੰਨੇ ਵੀ ਹੋਣਗੇ ਇਹਨਾਂ ਦਾ ਬਿਲਾ ਜਿਹੜਾ ਉਹ ਪੰਜਾਬ ਸਰਕਾਰ ਅਦਾ ਕਰੇਗੀ ਜਿਵੇਂ ਕਿ ਦੂਜੀਆਂ ਜਿਹੜੀਆਂ ਕਿਸਾਨ ਭਾਈਚਾਰੇ ਦੀਆਂ ਮੋਟਰਾਂ ਕਿਸਾਨਾਂ ਦੀਆਂ ਮੋਟਰਾਂ ਦੇ ਬਿੱਲ ਮਾਫ ਨੇ ਇਵੇਂ ਇਹ ਜਿਹੜੇ ਸ਼ਹਿਰੀ ਤੇ ਪਿੰਡੂ ਖੇਤਰ ਦੇ ਵਿੱਚ ਪਾਣੀ ਦੀਆਂ ਟੂਟੀਆਂ ਲੱਗਿਓ ਨੇ ਇਹ ਵੀ ਬੇਲਾ ਹੁਣ ਜਿਹੜੀ ਅੱਗੇ ਨੂੰ ਭਵਿੱਖ ਵਿੱਚ ਪੰਜਾਬ ਸਰਕਾਰ ਅਦਾ ਕਰੇਗੀ ਹੋਵੇਗਾ ਇਹਦੇ ਨਾਲ ਕੀ ਆਊਗਾ ਪਾਣੀ ਆ ਜਿਹੜਾ ਲੋਕਾਂ ਨੂੰ ਹੋਰ ਜਿਹੜਾ ਸਸਤਾ ਹੁਣ ਮਿਲੇਗਾ ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਰਕਾਰ ਦਾ ਫੈਸਲਾ ਦੂਜੀ ਗੱਲ ਇੱਕ ਬਹੁਤ ਹੀ ਹੁਣ ਜਿਹੜਾ ਮੁੱਦਾ ਬਹੁਤ ਆ ਭਖਿਆ ਹੋਇਆ ਉਹ ਬੀਐਸਐਫ ਦਾ ਜਾ ਆਪ ਦੇ ਵਿੱਚ 50 ਕਿਲੋਮੀਟਰ ਤੱਕ ਦੀ ਜਿਹੜੀ ਬੀਐਸਐਫ ਦਾ ਜਿਹੜਾ ਅਧਿਕਾਰ ਖੇਤਰ ਆ ਉਹਦੇ ਵਿੱਚ ਜਿਹੜੀ ਕੇਂਦਰ ਸਰਕਾਰ ਆ ਉਹਨਾਂ ਨੇ ਬੀਐਸਐਫ ਨੂੰ ਅਧਿਕਾਰਤ ਕਰਤਾ ਕਿ ਉਹ 50 ਖੇਤਰ ਦੇ ਤੱਕ ਕਿਤੇ ਵੀ ਆਪਣੀ ਕੋਈ ਵੀ ਤਰ੍ਹਾਂ ਦੀ ਜਿਹੜੀ ਕਾਰਵਾਈ ਆ ਉਹ ਕਰ ਸਕਦੇ ਆ ਇਹਨੂੰ ਲੈ ਕੇ ਮੁੱਖ ਮੰਤਰੀ ਸਾਹਿਬ ਨੇ ਜਿਹੜੀਆਂ ਵਿਰੋਧੀ ਪਾਰਟੀਆਂ ਉਹਨਾਂ ਨੂੰ ਇਸ ਮੁੱਦੇ ਪਰ ਸਿਆਸਤ ਨਾ ਕਰਨ ਦੀ ਅਪੀਲ ਕਰਦੇ ਆ ਇਹ ਵੀ ਗੱਲ ਕਹੀ ਹੈ ਕਿ ਉਹਨਾਂ ਨੇ ਕੇਂਦਰ ਸਰਕਾਰ ਦੇ ਫੈਸਲੇ ਦੀ ਨਿੰਦਾ ਵੀ ਕੀਤੀ ਹੈ ਤੇ ਦੂਜੀ ਗੱਲ ਉਹਨਾਂ ਨੇ ਵਿਰੋਧੀ ਪਾਰਟੀ ਨੂੰ ਅਪੀਲ ਕੀਤੀ ਹੈ ਕਿ ਇਸ ਮੁੱਦੇ 'ਤੇ ਸਿਆਸਤ ਨਾ ਕੀਤੀ ਜਾਵੇ ਇਹਨੂੰ ਪਖਾਇਆ ਨਾ ਜਾਵੇ ਖਾਸ ਕਰਕੇ ਉਹਨਾਂ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਖੋਰਾ ਦਾ ਨਾਮ ਲਿੱਤਾ ਹੈ ਕਿ ਜਿਵੇਂ ਗੱਲ ਕਹੀ ਜਾ ਕਹਿ ਰਹੇ ਨੇ ਕਿ ਦਰਬਾਰ ਸਾਹਿਬ ਦੇ ਵਿੱਚ ਵੀ ਬੀਐਸਐਫ ਆ ਜਾਏਗੀ ਫਲਾਣੀ ਜਗ੍ਹਾ ਬੀਐਸਐਫ ਆ ਜਾਏਗੀ ਦੁਰਗਿਆਣਾ ਮੰਦਿਰ 'ਚ ਵੀ ਬੀਐਸਐਫ ਆਏਗੀ ਵੀ ਲੋਕਾਂ ਦੀਆਂ ਭਾਵਨਾਵਾਂ ਨੂੰ ਨਾ ਪੜਕਾਇਆ ਜਾਵੇ ਇਸ ਮੁੱਦੇ 'ਤੇ ਉਹ ਕੇਂਦਰ ਸਰਕਾਰ ਦੇ ਫੈਸਲੇ ਦਾ ਵਿਰੋਧ ਕਰਦੇ ਨੇ ਚਿੱਠੀ ਵੀ ਲਿਖੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕੈਬਨਟ ਦੇ ਵਿੱਚ ਕਰਕੇ ਕੋਈ ਫੈਸਲਾ ਵੀ ਲੈਣਗੇ ਉਹਨਾਂ ਨੇ ਕਹਿ ਕੇ ਜੇ ਲੋੜ ਪਈ ਇਸ ਮੁੱਦੇ ਤੇ ਸਰਬ ਸੰਜੀ ਜਿਹੜੀ ਸਰਬ ਦਲੀ ਪੈਟ ਪਾਰਟੀ ਆ ਆਲ ਪਾਰਟੀ ਮੀਟਿੰਗ ਆ ਜਿਹੜੀ ਉਹ ਵੀ ਉਹ ਕਰਨਗੇ ਜੇ ਲੋੜ ਪਈ ਇਸ ਮੁੱਦੇ ਤੇ ਵਿਧਾਨ ਸਭਾ ਦਾ ਜਿਹੜਾ ਸੈਸ਼ਨ ਆ ਉਹ ਵੀ ਬੁਲਾ ਕੇ ਸਪੈਸ਼ਲ ਸੈਸ਼ਨ ਬੁਲਾ ਕੇ ਇਸ ਫੈਸਲੇ ਨੂੰ ਰੱਦ ਕੀਤਾ ਜਾ ਸਕਦਾ ਹੈ ਇਹ ਫੈਸਲੇ ਜਿਹੜੇ ਅੱਜ ਦੀ ਮਹੱਤਵਪੂਰਨ ਜਿਹੜੀ ਮੀਟਿੰਗ ਹੋਈ ਆ ਉਹਦੇ ਵਿੱਚ ਲਏ ਨੇ ਇਹ ਲੋਕਪੱਖੀ ਫੈਸਲੇ ਲੈ ਰਹੇ ਨੇ ਪਿਛਲੇ ਦਿਨਾਂ ਦੇ ਵਿੱਚ ਇਹਨਾਂ ਨੇ ਜਿਹੜਾ 300 ਜੂੰਟ ਦਾ ਫੈਸਲਾ ਉਹ ਲਿੱਤਾ ਤੇ ਖਾਸ ਕਰਕੇ ਜਿਹੜੇ ਲੋਕਾਂ ਦੇ ਪੈਂਡਿੰਗ ਬਿਜਲੀ ਦੇ ਬਿੱਲ ਖੜੇ ਸੀਗੇ ਉਹ ਜਮਾ ਨਾ ਕਰਾਉਣ ਕਰਕੇ ਬਿਜਲੀ ਦੇ ਕਨੈਕਸ਼ਨ ਕੱਟੇ ਗਏ ਤੇ ਉਹ ਵੀ ਇੱਕ 52 ਲੱਖ ਜਿਹੜੇ ਉਪਭੋਗਤਾ ਜਿਨ੍ਹਾਂ ਦੇ 2 ਕਿਲੋਵਾਟ ਤੱਕ ਦਾ ਇਹ ਸਰਕਾਰ ਕਹਿ ਰਹੀ ਹੈ ਮੁੱਖ ਮੰਤਰੀ ਸਾਹਿਬ ਦਾਵਾ ਕਰਦ ਨੇ ਕਿ ਉਹਨਾਂ ਨੂੰ ਵੱਡੀ ਜਿਹੜੀ ਰਾਹਤ ਦਿੱਤੀ ਹੈ ਉਹਨਾਂ ਦੇ ਬਿਜਲੀ ਦੇ ਬਿੱਲ ਆ ਜਿਹੜੇ ਉਹ ਮਾਫ ਕੀਤੇ ਗਏ ਨੇ ਤੇ ਕੱਟੇ ਹੋਏ ਕਨੈਕਸ਼ਨ ਆ ਜਿਹੜੇ ਜ਼ਿਆਦਾ ਜੋੜੇ ਗਏ ਨੇ ਇਹ ਸਾਰਾ ਕੁਝ ਜਿਹੜਾ ਕੀਤਾ ਜਾ ਰਿਹਾ ਇਹ ਜਿਹੜੀ ਪ੍ਰੈਕਟਿਸ ਚੱਲ ਰਹੀ ਹੈ ਇਹ ਆਉਣ ਵਾਲੀ 2022 ਦੀਆਂ ਚੋਣਾਂ ਨੂੰ ਲੈ ਕੇ ਚੱਲ ਰਹੀ ਹੈ ਫਿਰ ਵੀ ਜੇ ਆਪਾਂ ਇਹ ਉਮੀਦ ਕਰਦੇ ਆਂ ਆਸ ਕਰਦੇ ਆਂ ਕਿ ਇਹ ਫੈਸਲੇ ਲੋਕ ਕਹਿੰਦੇ ਨੇ ਹਾਂਜੀ ਸਰ ਸਰ ਆਪਾਂ ਪਿਛਲੇ ਦਿਨ ਦੇਖਿਆ ਸੀ ਕਿ ਸਿੰਘੂ ਬਾਰਡਰ ਤੇ ਇੱਕ ਵਿਅਕਤੀ ਜੋ ਕਿ ਬੇਦਰਭਿਕਾਂ ਦੀ ਕੋਸ਼ਿਸ਼ ਕਰ ਰਿਹਾ ਸੀ ਉਹਨਾਂ ਨੂੰ ਸਹਾਇਤਾ ਦਿੱਤੀ ਗਈ ਸੀ ਨੰਗ ਸਿੰਘਾ ਬਨੋ ਉਸ ਤੋਂ ਬਾਅਦ ਹਰ ਕਿਸੇ ਨੇ ਜੋ ਚਾਹੇ ਪਾਰਟੀ ਜਾਂ ਕਹੋ ਲਓ ਕਿ ਹੋਰ ਜੋ ਚੈਨਲਜ਼ ਨੇ ਉਹਨਾਂ ਵੱਲੋਂ ਉਸ ਨੂੰ ਆਪਣੇ ਤਰੀਕੇ ਨਾਲ ਪੇਸ਼ ਕੀਤਾ ਗਿਆ ਤਾਂ ਕੁਝ ਲੋਕਾਂ ਨੇ ਉਸ ਨੂੰ ਆਮ ਕਿਸਾਨ ਜਿਹੜਾ ਮੋਰਚਾ ਹੈ ਉਸ ਨੂੰ ਵੀ ਆਪਣਾ ਡੇਰੇਲ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਹੋਰ ਵੀ ਕਾਫੀ ਬਿਆਨ ਵਗੈਰਾ ਹੈ ਤੇ ਉਸ ਤੋਂ ਬਾਅਦ ਹੁਣ ਸ਼ਰਧ ਪਵਾਰ ਦਾ ਇੱਕ ਬਿਆਨ ਆਇਆ ਉਹਨਾਂ ਨੇ ਕਿਹਾ ਕਿ ਜੋ ਸਿੱਖ ਕੌਮ ਹੈ ਇਹਨਾਂ ਦੀ ਜੋ ਭਾਰਤ ਦੇਸ਼ ਨੂੰ ਬਹੁਤ ਵੱਡੀ ਇੱਕ ਦੇਣ ਹੈ ਤਾਂ ਸਾਨੂੰ ਸਿੱਖ ਕੌਮ ਨੂੰ ਪ੍ਰਵੋਕ ਨਹੀਂ ਕਰਨਾ ਚਾਹੀਦਾ ਕਿਸੇ ਵੀ ਚੀਜ਼ ਨੂੰ ਲੈ ਕੇ ਤਾਂ ਤੁਸੀਂ ਇਸ ਬਿਆਨ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਜਸਵੀਰ ਇਹ ਦੋ ਗੱਲਾਂ ਨੇ ਇਹ ਜਿਹੜੀਆਂ ਤੁਸੀਂ ਇਕਤਾ ਸਿੰਘੂ ਬਾਰਡਰ ਵਾਲੀ ਗੱਲ ਕੀਤੀ ਇੱਕ ਸ਼ਰਦ ਪਵਾਰ ਨੇ ਗੱਲ ਕੀਤੀ ਜਿਹੜੀ ਉਹ ਘਟਨਾ ਵਾਪਰੀ ਆ ਦੇਖੋ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਨਿੰਦਰਯੋਗ ਗੈਰ ਮਨੁੱਖੀ ਵਰਤਾਰਾ ਹੋਇਆ ਆ ਆਪਾਂ ਪੰਜਾਬ ਦੇ ਲੋਕਾਂ ਨੇ ਹਮੇਸ਼ਾ ਮਨੁੱਖੀ ਅਧਿਕਾਰਾਂ ਦੀ ਗੱਲ ਕੀਤੀ ਆ ਠੀਕ ਆ ਕੁਝ ਲੋਕ ਇਸ ਘਟਨਾ ਨੂੰ ਲੈ ਕੇ ਤੁਰੰਤ ਲੈ ਫੈਸਲੇ ਦੀ ਛਲਾਗਾ ਵੀ ਕਰ ਰਹੇ ਨੇ ਪਰ ਜ਼ਿਆਦਾਤਰ ਲੋਕਾਂ ਦੇ ਜਿਹੜੇ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਲੋਕ ਨੇ ਅਮਨ ਕਾਨੂੰਨ ਵਿੱਚ ਵਿਸ਼ਵਾਸ ਰੱਖਣ ਵਾਲੇ ਲੋਕ ਨੇ ਅਮਨ ਕਾਨੂੰਨ ਦੀ ਗੱਲ ਕਰਦੇ ਨੇ ਕਾਨੂੰਨ ਦੀ ਗੱਲ ਕਰਦੇ ਨੇ ਉਹ ਸਾਰੇ ਲੋਕ ਇਸ ਘਟਨਾ ਦੀ ਬਹੁਤ ਵੱਡੇ ਪੱਧਰ ਤੇ ਵਿਰੋਧਤਾ ਕਰਦੇ ਨੇ ਕਰਨੀ ਵੀ ਚਾਹੀਦੀ ਆ ਫਿਰ ਸਾਡੇ আর তালেবান ਦੇ ਵਿੱਚ ਫਰਕ ਕੀ ਰਹਿ ਗਿਆ ਪੰਜਾਬ ਦੇ ਲੋਕਾਂ ਨੇ ਤਾਂ ਸਾਡੇ ਤਾਂ ਗੁਰੂਆਂ ਪੀਰਾਂ ਪੈਗੰਬਰਾਂ ਨੇ ਸਾਨੂੰ ਸਬਰ ਸੰਤੋਖ ਦੀ ਗੱਲ ਕੀਤੀ ਆ ਜ਼ਬਰ ਜਲੰਗ ਦੇ ਖਿਲਾਫ ਜਿਹੜਾ ਨਿਹਾਤਾ ਹੋਵੇ ਉਹਦੇ ਉੱਪਰ ਕਿਸੇ ਤਰ੍ਹਾਂ ਦਾ ਬਾਅਰ ਕਰਨ ਦੀ ਮਨਾਹੀ ਕੀਤੀ ਹੈ ਕਿ ਇਵਨ ਕਿ ਤੁਸੀਂ ਕਿਹਾ ਕਿ ਜੇ ਕੋਈ ਬੰਦਾ ਲੜਦਾ ਲੜਦਾ ਭੱਜ ਵੀ ਜਾਵੇ ਡਿੱਗ ਵੀ ਜਾਵੇ ਸਪੇਅਰ ਵੀ ਬਾਅਰ ਨਹੀਂ ਕਰਨਾ ਸਾਡੇ ਦਾ ਗੁਰੂ ਸਹਿਵਾਨ ਨੇ ਸਾਨੂੰ ਇਹ ਸਿੱਖਿਆ ਦਿੱਤੀ ਹੈ ਹੁਣ ਉਹ ਕਟਣਾ ਕੀ ਸੀਗੀ ਕੀ ਨਹੀਂ ਸੀ ਤਰ੍ਹਾਂ ਤਰ੍ਹਾਂ ਦੀਆਂ ਜਿਹੜੀਆਂ ਵੀਡੀਓ ਆ ਜਾਂ ਬਿਆਨ ਆ ਉਹ ਸਾਹਮਣੇ ਆ ਰਹੇ ਨੇ ਰੈਲਿਟੀ ਕਿਸੇ ਨੂੰ ਕੁਝ ਨਹੀਂ ਪਤਾ ਕਿ ਹੈ ਕੀ ਆ ਪਰ ਜਿਹੜੇ ਨਿਹੰਗ ਸਿੰਘਾਂ ਨੇ ਆਪਣਾ ਫੈਸਲਾ ਸੁਣਾ ਦਿੱਤਾ ਅਪਾ ਪਹਿਲਾਂ ਵੀ ਇਹ ਕਈ ਵਾਰੀ ਚਰਚਾ ਕਰ ਚੁੱਕੇ ਆ ਕਿ ਕਿਸਾਨ ਮੋਰਚਾ ਦਾ ਜਿਹੜੀ ਸਖਰਵਲ ਵੱਧ ਰਿਹਾ ਆਪਣੀ ਪ੍ਰਾਪਤੀ ਵੱਲ ਵੱਧ ਰਿਹਾ ਉਹਨੂੰ ਲੈ ਕੇ ਜਿਹੜੀ ਕੇਂਦਰ ਦੀ ਸਰਕਾਰ ਆ ਸਮੇਂ-ਸਮੇਂ ਨੂੰ ਇਹ ਜਿਹੇ ਸੁਗੂਫੇ ਛੱਡੇ ਸਮੇਂ-ਸਮੇਂ ਡਿਵੈਂਡਡ ਰੂਲ ਕਰਨ ਦੀ ਜਿਹੜੀਆਂ ਨੀਤੀ ਦੇ ਤਹਿਤ ਅਜਿਹੇ ਮਤਲਬ ਉੱਥੇ ਵਾਦ-ਵਤਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਜਿਦੇ ਨਾਲ ਉਹ ਜਿਹੜਾ ਇੱਕ ਆਪਣਾ ਕਿਸਾਨੀ ਸੰਘਰਸ਼ਾ ਉਹ ਡੀਰੇਲ ਹੋ ਜਵੇ ਪਟੜੀ ਤੇ ਉਤਰ ਜਵੇ ਪਰ ਕਿਸਾਨੀ ਸੰਘਰਸ਼ਾ ਜਿਹੜਾ ਉਹ ਇੱਕੋ ਇੱਕ ਲੰਬੇ ਅਰਸੇ ਤੋਂ ਬਾਅਦ ਜੇ ਆਪਾਂ ਕਹੀਏ ਪਿਛਲੇ ਕਈ ਦਹਾਕਿਆਂ ਦੇ ਬਾਅਦ ਕਿਸਾਨੀ ਸੰਘਰਸ਼ ਨੇ ਪੰਜਾਬ ਦੇ ਲੋਕਾਂ ਦੇ ਵਿੱਚ ਦੇਸ਼ ਦੇ ਲੋਕਾਂ ਦੇ ਵਿੱਚ ਇੱਕ ਨਵੀਂ ਰੂਹ ਫੂਕੀ ਆ ਦੇਸ਼ ਦੇ ਲੋਕਾਂ ਨੂੰ ਇੱਕ ਨਵਾਂ ਰਸਤਾ ਦਿਖਾਇਆ ਪੰਜਾਬ ਦੇ ਲੋਕਾਂ ਨੂੰ ਇੱਕ ਸੰਘਰਸ਼ ਕਰਨ ਦੀ ਉਮੀਦ ਜਗਾਈ ਆ ਇੱਕ ਨਾਮਾਰ ਰਸਤਾ ਤੈਹਾ ਖਾਸ ਕਰਕੇ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਜਿਹਨੂੰ ਕਿਹਾ ਜਾਂਦਾ ਸੀਗਾ ਕਿ ਇਹ ਨਸ਼ਿਆਂ ਦੇ ਆਦੀ ਹੋਗੇ ਤਰ੍ਹਾਂ ਤਰ੍ਹਾਂ ਦੇ ਇਲਜ਼ਾਮਵਾਜੀ ਕੀਤੀ ਜਾਂਦੀ ਉਹ ਨੌਜਵਾਨੀ ਪੀੜ੍ਹੀ ਨਿਕਲ ਕੇ ਘਰਾਂ ਚੋਂ ਬਾਹਰ ਨਿਕਲ ਕੇ ਇੱਕ ਸੰਘਰਸ਼ ਦੇ ਰਾਹ ਪਈ ਹੈ ਸਭ ਤੋਂ ਵੱਡੀ ਗੱਲ ਇਸ ਸੰਘਰਸ਼ ਦੀ ਇਹ ਪ੍ਰਾਪਤੀ ਆ ਕਿ ਇਹ ਸੰਘਰਸ਼ਾ ਜਿਹੜਾ ਸ਼ਾਂਤਮਈ ਚੱਲਦਾ ਪਰ ਇਹਨੂੰ ਸ਼ਾਂਤਮਈ ਸੰਘਰਸ਼ ਨੂੰ ਕਿਵੇਂ ਨਾ ਕਿਵੇਂ ਅੱਗ ਲਾਉਣ ਦੀ ਢੜਕਾਉਣ ਦੇ ਆ ਕੋਸ਼ਿਸ਼ਾਂ ਹੁੰਦੀਆਂ ਨੇ ਪਿਛਲੇ ਦਿਨਾਂ ਦੀਆਂ ਜਿਹੜੀਆਂ ਘਟਨਾਵਾਂ ਜੇ ਆਪਾਂ ਇਹਨਾਂ ਉੱਪਰ ਅ ਨਜ਼ਰਸਾਨੀ ਕਰਾਂਗੇ ਤਾਂ ਇਹੀ ਆਉਂਗੀ ਕਿ ਇਹਦੇ ਵਿੱਚ ਬਹੁਤ ਵੱਡੀ ਸ਼ਾਸ਼ ਹੋ ਰਹੀ ਹੈ ਹੁਣ ਤੁਸੀਂ ਦੇਖੋ ਜਿਹੜੀ ਸ਼ਰਦਪਵਾਰ ਉਹਨਾਂ ਦਾ ਵੀ ਇਹ ਬਿਆਨ ਦਿੱਤਾ ਹੈ ਭਾਵੇਂ ਕਿ ਕੁਝ ਲੋਕਾਂ ਨੇ ਉਹਦੀ ਨਿੰਦਾ ਵੀ ਕੀਤੀ ਆ ਕਿ ਉਹ ਪ੍ਰਵੋਕ ਕਰ ਰਹੇ ਨੇ ਉਹਨਾਂ ਨੂੰ ਅਜਿਹੇ ਬਿਆਨ ਨਹੀਂ ਦੇਣਾ ਚਾਹੀਦਾ ਪਰ ਜਿਹੜੇ ਸ਼ਰਦਪਵਾਰ ਨੇ ਉਹ ਬਹੁਤ ਹੀ ਹਾਡੇ ਹੋਏ ਬਹੁਤ ਹੀ ਸਿਆਣੇ ਲੀਡਰ ਨੇ ਉਹਨਾਂ ਨੇ ਇਸ ਗੱਲ ਦੀ ਪੰਜਾਬ ਦੀ ਜਿਹੜੀ ਸਾਇਕੀ ਆ ਜਾਂ ਪੰਜਾਬ ਨੇ ਜੋ ਅਤੀਤ ਵਿੱਚ ਦੇਖਿਆ ਜਾਂ ਜੋ ਪੰਜਾਬ ਨੇ ਜੋ ਦੇਸ਼ਵਾਸੀਆਂ ਦੀ ਜਾਂ ਦੇਸ਼ ਦੀ ਆਜ਼ਾਦੀ ਸੰਗਰਾਮ ਦੇ ਵਿੱਚ ਜੋ ਭੂਮਿਕਾ ਨਿਭਾਈ ਆ ਜੋ ਦੇਸ਼ ਵਾਸਤੇ ਪੰਜਾਬੀਆਂ ਨੇ ਜਾਂ ਸਿੱਖਾਂ ਨੇ ਕੀਤਾ ਉਹਦੇ ਸੰਦਰਭ ਦੇ ਵਿੱਚ ਉਹਨਾਂ ਨੇ ਇੱਕ ਬਹੁਤ ਵੱਡੀ ਮਹੱਤਵਪੂਰਨ ਗੱਲ ਕੀਤੀ ਹੈ ਕਿ ਪੰਜਾਬੀਆਂ ਨੂੰ ਪ੍ਰਵੋਕ ਨਾ ਕੀਤਾ ਜਾਵੇ ਦੇਖੋ ਅੱਜ ਕੀ ਹੋ ਰਿਹਾ ਇਹ ਗੱਲ ਸਾਨੂੰ ਪੰਜਾਬੀਆਂ ਨੂੰ ਸਿੱਖਾਂ ਨੂੰ ਇਹ ਗੱਲ ਸਮਝਣ ਦੀ ਜ਼ਰੂਰਤ ਆ ਜਿਹੜਾ ਕਿਸਾਨ ਅੰਦੋਲਨ ਚੱਲਿਆ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਕਹੇ ਕਿ ਇਹਨੇ ਨਵੀਆਂ ਪਿਰਤਾਂ ਪਈਆਂ ਇਹ ਕਿਸਾਨ ਅੰਦੋਲਨ ਨੇ ਜਾਤ ਪਾਤ ਤੋਂ ਧਰਮ ਤੋਂ ਮੁਹੱਜਬ ਤੋਂ ਦੂਰ ਹੁੰਦੇ ਹੋਏ ਸਾਰੇ ਲੋਕਾਂ ਨੂੰ ਇੱਕ ਮੰਚ ਤੇ ਇਕੱਠਾ ਕੀਤਾ ਇਹ ਬਹੁਤ ਦੇਰ ਬਾਅਦ ਹੋਇਆ ਅੱਜ ਉਸ ਅੰਦੋਲਨ ਦੇ ਨਾਲ ਸਿੱਖ ਵੀ ਜੁੜਿਆ ਹੋਇਆ ਹੈ ਹਿੰਦੂ ਵੀ ਜੁੜਿਆ ਹੋਇਆ ਹੈ ਇਸਾਈ ਵੀ ਜੁੜਿਆ ਹੋਇਆ ਹੈ ਮੁਸਲਮਾਨ ਵੀ ਜੁੜਿਆ ਹੈ ਕਿਹੜੇ ਧਰਮ ਦੇ ਲੋਕ ਆ ਜਿਹੜੇ ਉਹ ਉੱਥੇ-ਉੱਥੇ ਮਦਦ ਨਹੀਂ ਕਰੇ ਦੂਜੇ ਪਾਸੇ ਆਪਾਂ ਇਹ ਗੱਲ ਕਹਿਦੀ ਹੈ ਕਈ ਲੋਕ ਲੋਕ ਜਾਂ ਕਈ ਧਿਰਾਂ ਇਹ ਗੱਲ ਕਹਿੰਦੀਆਂ ਕਿ ਇਹ বাম ਪੰਥੀ ਨੇ ਜਿਹੜੇ ਕਾਮਰੇਡ ਨੇ ਕਮਿਊਨਿਸਟ ਵਿਚਾਰਧਾਰਾ ਦੇ ਲੋਕ ਨੇ ਮਾਰਕਸਵਾਦੀ ਵਿਚਾਰਧਾਰਾ ਦੇ ਲੋਕ ਨੇ ਉਹ ਵੀ ਕਿਸਾਨਾਂ ਦੇ ਅੰਦੋਲਨ ਦੀ ਮਦਦ ਕਰ ਰਹੇ ਨੇ ਜਿਨ੍ਹਾਂ ਨੂੰ ਆਪਾਂ ਇਹ ਕਹਿੰਦੇ ਨੇ ਵੀ ਇਹ ਹਾਰਡ ਕੋਰ ਸਿੱਖ ਨੇ ਜਿਨ੍ਹਾਂ ਨੂੰ ਆਮ ਤੌਰ ਤੇ ਲੋਕ ਹਾਰਡ ਕੋਰ ਸਿੱਖ ਕਹਿੰਦਾ ਖਾਲਿਸਤਾਨੀ ਆ ਉਹ ਲੋਕ ਆ ਜਿਹੜੇ ਉਹ ਵੀ ਕਿਸਾਨੀ ਸੰਘਰਸ਼ ਦੀ ਮਦਦ ਕਰ ਰਹੇ ਨੇ ਪੰਜਾਬ ਦਾ ਵਪਾਰੀ ਉਹ ਕਿਸਾਨੀ ਸੰਘਰਸ਼ ਦੀ ਮਦਦ ਕਰ ਰਿਹਾ ਹੈ ਮਲਾਜ਼ਮ ਉਹ ਸੰਘਰਸ਼ ਦੀ ਮਦਦ ਕਰ ਰਿਹਾ ਹੈ ਦੋਜੀ ਉਹ ਸੰਘਰਸ਼ ਦੀ ਮਦਦ ਕਿਹੜਾ ਤਬਕਾ ਹੈ ਜਿਹੜਾ ਕਿਸਾਨੀ ਸੰਘਰਸ਼ ਦੇ ਹੱਕ ਵਿੱਚ ਨਹੀਂ ਆਇਆ ਹੈਗਾ ਇਸ ਕਰਕੇ ਇਹੀ ਸਾਰੀ ਸਰਕਾਰ ਦੀ ਜਿਹੜੀ ਚਿੰਤਾ ਬਣੀ ਹੋਈ ਆ ਕਿ ਜਿਹੜੀ ਉਹਨਾਂ ਦੀ ਗੱਲਬਾਤ ਆ ਜਿਹੜਾ ਉਹਦਾ ਏਜੰਡਾ ਹੈ ਉਹ ਅੱਗੇ ਨਹੀਂ ਵਧ ਰਿਹਾ ਉਹ ਸਰਕਾਰ ਇਹੀ ਚਾਹੁੰਦੀ ਹੈ ਕਿ ਇਹਨਾਂ ਦੇ ਵਿੱਚ ਜਿਹੜੀਆਂ ਸਾਰੀਆਂ ਚੀਜ਼ਾਂ ਉਹਨਾਂ ਨੂੰ ਤੋੜਨ ਦਾ ਯਤਨ ਕੀਤਾ ਜਾਵੇ ਕਦੇ ਸਿੱਖਾਂ ਨੂੰ ਅਤੇ ਕਾਮਰੇਡਾਂ ਨੂੰ ਲੜਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਕਿ ਇਹ ਖਾਲਿਸਤਾਨੀ ਨੇ ਇਹ ਬਾਮਪੰਥੀ ਨੇ ਇਹ ਮਾਇਓਵਾਦੀ ਨੇ ਠੀਕ ਇਦਾਂ ਦੇ ਤਰ੍ਹਾਂ ਤਰ੍ਹਾਂ ਦੇ ਸੁਗੂਫੇ ਛੱਡੇ ਉਹਨਾਂ ਨੂੰ ਲੜਾਉਣ ਦੀ ਕੋਸ਼ਿਸ਼ ਕੀਤੀ ਪਰ ਫਿਰ ਵੀ ਲੋਕਾਂ ਨੇ ਗੱਲ ਨਹੀਂ ਮੰਨੀ ਫਿਰ ਪੰਜਾਬ ਤੇ ਹਰਿਆਣੇ ਦੇ ਲੋਕਾਂ ਨੂੰ ਵੰਡਣ ਦੀ ਗੱਲ ਕੀਤੀ ਕਿ ਹਰਿਆਣੇ ਵਾਲਿਓ ਪਹਿਲਾਂ ਤੁਸੀਂ ਪੰਜਾਬ ਪਾਣੀ ਦੀ ਗੱਲ ਕਰ ਲਓ ਐਸ.ਵਾਈ.ਐਡਲ ਫਿਰ ਨਹੀਂ ਜਿਹੜੇ ਲੋਕ ਵੰਡ ਹੋਏ ਹੈਗੇ ਕਿਤੇ ਨਾ ਕਿਤੇ ਜਿਹੜੀਆਂ ਇਹ ਸਾਰੀਆਂ ਗੱਲਾਂ ਹੋ ਰਹੀਆਂ ਇਹ ਜਿਹੜੇ ਉੱਥੇ ਲੋਕ ਇਕੱਠੇ ਹੋਏ ਹੋ ਨੇ ਉਹਨਾਂ ਨੂੰ ਵੰਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਸਾਨਿਆਂ ਨਾਲੋਂ ਉਹ ਜਿਹੜੀਆਂ ਧੀਰਾ ਨੇ ਜਿਹੜੇ ਸਾਰੇ ਲੋਕ ਇੱਕ ਮੰਚ ਪਰ ਇਕੱਠੇ ਹੋਏ ਨੇ ਉਹ ਕਿਤੇ ਨਾ ਕਿਤੇ ਦੂਰ ਹੋ ਜਾਣ ਹੁਣ ਜਿਹੜੀਆਂ ਆਪਾਂ ਦੇਖ ਰਹੇ ਸੀਗੇ ਨਹੰਗਾ ਦਾ ਜਿਹੜਾ ਇੱਕ ਬਿਆਨ ਆ ਰਿਹਾ ਉਹਨਾਂ ਨੇ ਜਿਹੜੇ ਜਗਿੰਦਰ ਜਾਦਵ ਨੇ ਉਹਨਾਂ ਨੂੰ ਆਰਐਸਐਸ ਦਾ ਬੰਦਾ ਦੱਸਿਆ ਕਿ ਉਹ ਆਰਐਸਐਸ ਦੇ ਬੰਦੇ ਨੇ ਮੈਨੂੰ ਨਹੀਂ ਲੱਗਦਾ ਕਿ ਕਿ ਇਸਾ ਉਹਨਾਂ ਦੀ ਇਸ ਗੱਲ ਪਰ ਭਾਰਤ ਦਾ ਕੋਈ ਵਿਅਕਤੀ ਯਕੀਨ ਕਰੇਗਾ ਉਹ ਲੋਕ ਜਿਨ੍ਹਾਂ ਨੂੰ ਆਰਐਸਐਸ ਦਾ ਪੂਰਾ ਜੋਰ ਲੱਗਾ ਹੋਇਆ ਜਾਂ ਸਰਕਾਰ ਦਾ ਪੂਰਾ ਜੋਰ ਲੱਗਾ ਹੈ ਕਿ ਇਹ ਕਾਮਰੇਡ ਆ ਇਹ বাম ਪੰਥੀ ਨੇ ਇਹੀ ਕਮਿਊਨਿਸਟ ਪਾਰਟੀ ਦੇ ਲੋਕ ਨੇ ਜਿਹੜੇ ਕੇ ਫੈਸਲਾ ਨਹੀਂ ਹੋਣ ਦਿੰਦੇ ਉਹ ਕਹਿੰਦੇ ਵੀ ਜੇ ਇਹ ਕਮਿਊਨਿਸਟ ਵਿਚਾਰਧਾਰਾ ਵਾਲੇ ਲੋਕ ਇਹ ਉਹਨਾਂ ਦੇ ਧਰਨੇ ਦੇ ਵਿੱਚੋਂ ਉਹਨਾਂ ਦੇ ਜਿਹੜੀਆਂ 32 ਕਿਸਾਨ ਯੂਨੀਅਨ ਹੈ ਉਹਨਾਂ ਦੇ ਵਿੱਚੋਂ ਇਹ ਬਾਹਰ ਹੋ ਜਾਣ ਤਾਂ ਫੈਸਲਾ ਜਿਹੜਾ ਹੋ ਸਕਦਾ ਇਹ ਗੱਲਾਂ ਸਰਕਾਰਾਂ ਕਹਿ ਰਹੀਆਂ ਬੀਜੇਪੀ ਦੇ ਆਗੂ ਕਹਿ ਰਹੇ ਨੇ ਉਹ ਤਾਂ ਇਹ ਗੱਲਾਂ ਕਹਿ ਰਹੇ ਨੇ ਪਰ ਨੰਘ ਸਿੰਘਾ ਨੇ ਜਿਹੜੀ ਉੱਥੇ ਪ੍ਰੈਸ ਕਾਨਫਰੰਸ ਕੀਤੀ ਜਾਂ ਉਹਨਾਂ ਦੀ ਜਿਹੜੀਆਂ ਵੀਡੀਓ ਵਾਇਰਲ ਹੋ ਰਹੀਆਂ ਉਹ ਸਾਹਮਣੇ ਆ ਰਹੀਆਂ ਉਹ ਜਿਹੜੇ ਜਗਿੰਦਰ ਜਾਦਵ ਆਰਐਸਐਸ ਦਾ ਬੰਦਾ ਦੱਸ ਰਹੇ ਨੇ ਤੇ ਇਹ ਵੀ ਗੱਲ ਕਹਿ ਰਹੇ ਨੇ ਕਿ ਸਾਨੂੰ ਪਤਾ ਵੀ ਉੱਥੇ ਕੀ ਕੀ ਹੋ ਰਿਹਾ ਹੈ ਇਸ ਕਰਕੇ ਕਿਤਨਾ ਕਿਤੇ ਇਹ ਸਾਰੇ ਮਾਮਲੇ ਦੇ ਪਿੱਛੇ ਬਹੁਤ ਵੱਡੀ ਸਾਜ਼ਿਸ਼ਾ ਇਸੇ ਕਰਕੇ ਜਿਹੜੇ ਬੁੱਧੀਜੀਵੀ ਲੋਕ ਨੇ ਅਮਨ ਕਸੂ ਕਾਨੂੰਨ ਨੂੰ ਜਿਹੜੇ ਪਿਆਰ ਕਰਨ ਵਾਲੇ ਲੋਕ ਨੇ ਅਮਨ ਕਸੂ ਕਾਨੂੰਨ ਨੂੰ ਜਿਹੜੇ ਕਹਿੰਦੇ ਨੇ ਵੀ ਸ਼ਾਂਤੀ ਬਣ ਰੇ ਉਹ ਸਾਰੇ ਲੋਕ ਕਹਿੰਦੇ ਨੇ ਕਿ ਇਸ ਮਾਮਲੇ ਦੀ ਬਹੁਤ ਵੱਡੀ ਸਾਜਸ਼ਾ ਇਹਦੀ ਜਾਂਚ ਹੋਣੀ ਚਾਹੀਦੀ ਆ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਣਾ ਚਾਹੀਦਾ ਸਭ ਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਰੈਲਿਟੀ ਕੀ ਆ ਸਾਡੇ ਲੋਕ ਜਿਹੜੇ ਸੋਸ਼ਲ ਮੀਡੀਆ ਪਰ ਆ ਜਾਂ ਆਮ ਲੋਕ ਆ ਉਹ ਸੋਚਦੇ ਨਹੀਂ ਵਿਚਾਰਦੇ ਨਹੀਂ ਸੁਣਦੇ ਨਹੀਂ ਗੱਲ ਜੋ ਇੱਕ ਪਾਸੇ ਨੂੰ ਗੱਲ ਚੱਲਦੀ ਆ ਉਸ ਪਾਸੇ ਨੂੰ ਹੋ ਜਾਂਦੀ ਆ ਇਹ ਗੱਲ ਬਹੁਤ ਮਾੜੀ ਗੱਲ ਆ ਕਿ ਅਸੀਂ ਬਿਨਾ ਸੋਚੇ ਸਮਝੇ ਕਈ ਬੰਦੇ ਤਾਂ ਮੈਂ ਦੇਖ ਰਿਹਾ ਸੀਗਾ ਕਿ ਪੜ੍ਹੇ ਲਿਖੇ ਬੰਦੇ ਆ ਜਿਹੜੇ ਈਵਨ ਕਿ ਇੱਕ ਦੋ ਵਕੀਲਾਂ ਨੇ ਵੀ ਉਸ ਘਟਨਾ ਨੂੰ ਲੈ ਕੇ ਆਪਣੇ ਅਜਿਹੇ ਬਿਆਨ ਦਿੱਤੇ ਨੇ ਜਿਹੜੇ ਕਿ ਆਪਾਂ ਅੱਗੇ ਉਹ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨੂੰ ਲੈ ਕੇ ਜਿਹੜੇ ਆਵਾਜ਼ ਚੁਕਾਉਂਦੇ थे ਇਸ ਮਾਮਲੇ ਨੂੰ ਉਹ ਸਹੀ ਠਹਿਰਾਇਆ ਗਿਆ ਉਹ ਬਾਜਿਬ ਦੱਸਿਆ ਕਿ ਜੋ ਨੰਘ ਸਿੰਘਾ ਨੇ ਫੈਸਲਾ ਸਹੀ ਆ ਇਹ ਫਿਰ ਜੇ ਨੰਘ ਸਿੰਘਾ ਦਾ ਲਿਆ ਹੋਇਆ ਫੈਸਲਾ ਸਹੀ ਆ ਫਿਰ ਤੁਸੀਂ ਕੱਲ ਨੂੰ ਲਖੀਮਪੁਰ ਘਟਨਾ ਵਾਪਰੀ ਫਿਰ ਉਹ ਕਹੋਂਗੇ ਅਸੀਂ ਉਹਨਾਂ ਨੇ ਫੈਸਲਾ ਲੈ ਲਿਆ ਕੱਲ ਨੂੰ ਜਿਹੜੇ ਪੁਲਿਸ ਹੁੰਦੀ ਆ ਪੁਲਿਸ ਬਾਰੇ ਇਹ ਗੱਲ ਕਹੀ ਜਾਂਦੀ ਆ ਕਿ ਇਹ ਝੂਠੇ ਪੁਲਿਸ ਮੁਕਾਬਲੇ ਕਰਦੇ ਕੱਲ ਨੂੰ ਪੁਲਿਸ ਕੋਈ ਚਾਰ ਬੰਦੇ ਤਿੰਨ ਬੰਦੇ ਦੋ ਬੰਦਿਆਂ ਨੂੰ ਫੜਦੀ ਆ ਉਹਨਾਂ ਨੂੰ ਕਹਿੰਦੇ ਵੀ ਇਹਨਾਂ ਨੇ ਚੋਰੀ ਕੀਤੀ ਆ ਉਹਨਾਂ ਨੇ ਕੋਈ ਹਰੇਪ ਕੀਤਾ ਉਹਨਾਂ ਨੇ ਕਿਸੇ ਨਵਾਲਕ ਨੂੰ ਵਰਗਲਾ ਕੇ ਲੈ ਕੇ ਗਏ ਉਹਨਾਂ ਨੇ ਗਲਤ ਕੰਮ ਕੀਤਾ ਉਹ ਕੱਲ ਨੂੰ ਪੁਲਿਸ ਉਹਨਾਂ ਨੂੰ ਮੌਕੇ ਪਰ ਹਿਸਾਬ-ਕਿਤਾਬ ਕਰ ਦਿੰਦੀ ਆ ਮੌਕੇ ਪਰ ਸਜ਼ਾ ਦੇ ਨੂੰ ਕੀ ਅਸੀਂ ਉਹਨੂੰ ਜਸਟੀਫਾਈ ਕਰਾਂਗੇ ਕੀ ਉਹਨੂੰ ਆਪਾਂ ਜਾਇਜ਼ ਮੰਨਾਂਗੇ ਬਿਲਕੁਲ ਨਹੀਂ ਮੰਨਾਂਗੇ ਕਿਉਂਕਿ ਭਾਰਤ ਲੋਕ ਆ ਭਾਰਤ ਦੇ ਲੋਕ ਨੇ ਇਹ ਡੈਮੋਕ੍ਰੇਸੀ ਸਿਸਟਮ ਆ ਅਸੀਂ ਲੋਕਤੰਤਰ ਦੇ ਵਿੱਚ ਰਹਿੰਦੇ ਨੇ ਇੱਥੇ ਹਰ ਇੱਕ ਤਰ੍ਹਾਂ ਦਾ ਸਿਸਟਮ ਆ ਕਾਨੂੰਨ ਸੈੱਟ ਅਪ ਹੋਇਆ ਹੋਇਆ ਅਦਾਲਤਾਂ ਬਣੀਆਂ ਹੋਈਆਂ ਥਾਣੇ ਬਣੀਆਂ ਹੋਈਆਂ ਨੇ ਤਹਿਸੀਲਾਂ ਬਣੀਆਂ ਹੋਈਆਂ ਨੇ ਜਦੋਂ ਵੀ ਕੋਈ ਵੀ ਬੰਦਾ ਕਾਨੂੰਨ ਤੋੜਦਾ ਹੈ ਕਾਨੂੰਨ ਦੀ ਮਰਿਆਦਾ ਨੂੰ ਭੰਗ ਕਰਦਾ ਹੈ ਉਹਦੇ ਖਿਲਾਫ ਆ ਜਿਹੜਾ ਕਾਨੂੰਨ ਦੇ ਤੱਕ ਸਜ਼ਾ ਹੋਣੀ ਚਾਹੀਦੀ ਹੈ ਕਾਨੂੰਨ ਦੇ ਵਿੱਚ ਫਾਂਸੀ ਦਾ ਵੀ ਪ੍ਰਬੰਧਨ ਹੈ ਭਾਵੇਂ ਕਿ ਬਹੁਤ ਸਾਰੇ ਮੁਲਕਾਂ ਨੇ 200 ਦੇ ਕਰੀਬ ਮੁਲਕਾਂ ਨੇ ਫਾਂਸੀ ਦੀ ਸਜ਼ਾ ਨੂੰ ਖਤਮ ਕਰ ਦਿੱਤਾ ਗਿਆ ਹੈ। ਇਹਦੇ ਪਰ ਵੀ ਇੱਕ ਲੰਬੀ ਵੈਹ ਚੱਲੀ ਆ ਪਿਛਲੇ ਸਮੇਂ ਦੇ ਦੌਰਾਨ ਕਿ ਫਾਂਸੀ ਨਹੀਂ ਹੋਣੀ ਚਾਹੀਦੀ ਮਨੁੱਖੀ ਅਧਿਕਾਰਾਂ ਦਾ ਉਲੰਘਣਾ ਹੈ। ਪਰ ਹਜੇ ਭਾਰਤ ਦੇ ਵਿੱਚ ਜਿਹੜੀ ਫਾਂਸੀ ਦਾ ਪ੍ਰਾਵਧਾਨ ਹੈ ਭਾਵੇਂ ਕਿ ਘੱਟ ਲੋਕਾਂ ਨੂੰ ਦਿੱਤੀ ਜਾ ਰਹੀ ਆ ਕਿਤੇ ਨਾ ਕਿਤੇ ਕਾਨੂੰਨੀ ਪਹਿਲੂ ਨੇ ਪਰ ਹੈ ਤਾਂ ਹੈ ਨਾ ਇਹ ਫੈਸਲੇ ਲੋਕਾਂ ਨੇ ਜਿਹੜੇ ਆਪ ਨਹੀਂ ਕਰਨੇ ਹੁੰਦੇ। ਕਈ ਫੈਸਲੇ ਜਿਹੜੇ ਅਦਾਲਤਾਂ ਨੇ ਕਰਨੇ ਹੁੰਦੇ ਆ ਸਟੇਟ ਨੇ ਫੈਸਲੇ ਲੈਣੇ ਹੁੰਦੇ ਆ ਇਸ ਕਰਕੇ ਜਿਹੜਾ ਉਹਨਾਂ ਨੇ ਸਰਦ ਪਰਿਵਾਰ ਉਹਨਾਂ ਨੇ ਇਹ ਬਿਆਨ ਦਿੱਤਾ ਹੈ ਕਿ ਆਪਣੇ ਆਪ ਦੇ ਵਿੱਚ ਇੱਕ ਬਹੁਤ ਮਹੱਤਵਪੂਰਨਾ ਉਹਨਾਂ ਨੇ ਇੰਦਰਾ ਗਾਂਧੀ ਹੋਰਾਂ ਦੀ ਉਦਾਹਰਨ ਦਿੱਤੀ ਹੈ ਪੰਜਾਬ ਦੇ ਵਿੱਚ ਜਿਹੜਾ ਦੋ ਦਹਾਕਿਆਂ ਤੱਕ ਅੱਤਵਾਦ ਰਿਹਾ ਉਹਦੀ ਗੱਲ ਦਿੱਤੀ ਹੈ ਕਿ ਉਸ ਪਾਸੇ ਨੂੰ ਤੁਸੀਂ ਨਾਲ ਲੈ ਕੇ ਜਾਓ ਜੇ ਪੰਜਾਬ ਆ ਜਿਹੜਾ ਹੱਥੋਂ ਨਿਕਲ ਗਿਆ ਤਾਂ ਪੰਜਾਬ ਦੇ ਵਿੱਚ ਫਿਰ ਮਾਰੇ ਦਾ ਦੌਰ ਆਊਗਾ ਇਹਦਾ ਜਿਹੜਾ ਪ੍ਰਭਾਵ ਹੈ ਕੱਲਾ ਪੰਜਾਬ ਤੱਕ ਨਹੀਂ ਰਹਿਣਾ ਹੋਰ ਸੂਬਿਆਂ 'ਚ ਵੀ ਜਾਊਗਾ ਪੰਜਾਬ ਦੇ ਜਿਹੜਾ ਅੱਤਵਾਦ ਨੇ ਛੱਲਿਆ ਤਾਂ ਬਹੁਤ ਵੱਡਾ ਨੁਕਸਾਨ ਆ ਜਿਹੜਾ ਪੰਜਾਬ ਦੀ ਜਵਾਨੀ ਦਾ ਹੋਇਆ ਹੈ ਪੰਜਾਬ ਦੇ ਲੋਕਾਂ ਦਾ ਹੋਇਆ ਪੰਜਾਬ ਆਰਥਿਕ ਤੌਰ ਤੇ ਪਿੱਛੂ ਹੈ ਇਸ ਕਰਕੇ ਹੁਣ ਜਿਹੜੇ ਹਾਲਾਤ ਆ ਓਵਰਆਲ ਬਹੁਤ ਤਰ੍ਹਾਂ ਦੇ ਬਦਲ ਚੁੱਕੇ ਨੇ ਜੇ ਆਪਾਂ ਇੰਟਰਨੈਸ਼ਨਲ ਸਿਨੈਰੀਓ ਦੇ ਨਾਲ ਵੀ ਦੇਖੀਏ ਤਾਂ ਬਹੁਤ ਯਾਰ ਜਿਹੜੇ ਹਾਲਾਤ ਆ ਉਹ ਬਦਲ ਚੁੱਕੇ ਨੇ ਹੁਣ ਪਾਕਿਸਤਾਨ ਦੇ ਵਿੱਚ ਜਿੱਥੇ ਪਹਿਲਾਂ ਅਮਰੀਕਾ ਬੈਠਾ ਸੀਗਾ ਅਮਰੀਕਾ ਦਾ ਗਾਜਾ ਉੱਥੇ ਹੁਣ ਤਾਲਿਬਾਨ ਹੋ ਗਿਆ ਠੀਕ ਆ ਐਸੀ ਤਰ੍ਹਾਂ ਬੰਗਲਾਦੇਸ਼ ਆ ਜਿਹੜਾ ਹੁਣ ਤੱਕ ਭਾਰਤ ਦੇ ਹੱਕ ਦੇ ਵਿੱਚ ਖੜਾ ਰਿਹਾ ਭਾਰਤ ਦੇ ਨਾਲ ਖੜਾ ਰਿਹਾ ਪੁਟਾਂ ਸੀਗਾ ਉਹ ਭਾਰਤ ਦੇ ਨਾਲ ਖੜਾ ਹੁੰਦਾ ਦਾ ਭਾਰਤ ਨੂੰ ਸਮਰਥਨ ਦਿੰਦਾ ਸੀਗਾ ਉਹ ਵੀ ਕਿਤੇ ਨਾ ਕਿਤੇ ਚਾਈਨਾ ਦੇ ਨਾਲ ਚਲੇ ਗਿਆ ਇਸ ਕਰਕੇ ਜੇ ਆਪਾਂ ਓਵਰ ਆਲ ਜਿਹੜੀ ਵਰਲਡ ਵਾਈਡ ਦੇਖੀਏ ਤਾਂ ਜਿਹੜੀ ਸਿਚੁਏਸ਼ਨ ਆ ਬਹੁਤ ਗੜਬੜਾਈ ਹੋਈ ਆ ਤੇ ਭਾਰਤ ਨੂੰ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਫੈਸਲੇ ਲੈਣ ਦੀ ਜ਼ਰੂਰਤ ਹੈ ਅਗੀਆਂ ਪਾਲਿਸੀਆਂ ਬਣਾਉਣ ਦੀ ਚਾ ਇਸੇ ਕਰਕੇ ਉਹਨਾਂ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸ਼ਰਦ ਪਵਾਰ ਹੋਰਾਂ ਨੇ ਇਹ ਜਿਹੜੀ ਗੱਲ ਆ ਉਹ ਕੀਤੀ ਆ ਕਿ ਪੰਜਾਬੀਆਂ ਨੂੰ ਜਿੱਥੇ बसे ਨੇ ਉਹਨਾਂ ਨੂੰ ਬਸੇ ਰਹਿਣ ਦਿਓ ਉਹਨਾਂ ਨੂੰ ਨਾ ਛੇੜਿਆ ਜਾਵੇ ਉਹਦਾ ਨਾਂ ਨੁਕਸਾਨ ਉਠਾਇਆ ਜਾਵੇ ਜੇ ਅਜਿਹੇ ਮਸਲੇ ਹੁੰਦੇ ਨੇ ਤਾਂ ਇਹਦਾ ਬਹੁਤ ਵੱਡਾ ਜਿਹੜਾ ਨੁਕਸਾਨ ਆ ਜਿਹੜਾ ਉਹ ਹੋ ਸਕਦਾ ਹਾਂ ਸਰ ਆਪਣੇ ਪੰਜਾਬ ਦੇ ਜੇਕਰ ਗੱਲ ਕਰੀਏ ਤਾਂ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਣਾਇਆ ਗਿਆ ਸੀ ਤਾਂ ਉਸ ਤੋਂ ਬਾਅਦ ਉਹਨਾਂ ਦੀ ਜੋ ਆਪਣੇ ਨਵੇਂ ਮੁੱਖ ਮੰਤਰੀ ਬਣੇ ਚਰਨਜੀਤ ਸਿੰਘ ਚੰਨੀ ਉਹਨਾਂ ਦੇ ਨਾਲ ਕੁਝ ਮੁੱਦਿਆਂ ਤੇ ਲੈ ਕੇ ਉਹ ਮਤਲਬ ਕਿ ਸਹਿਮਤ ਨਹੀਂ ਹੋਏ ਜਿਸ ਤੋਂ ਬਾਅਦ ਉਹਨਾਂ ਨੇ ਉਸ ਤੋਂ ਅਸਤੀਫਾ ਦੇ ਦਿੱਤਾ ਤੇ ਉਸ ਤੋਂ ਬਾਅਦ ਅਸਤੀਫੇ ਰਸਸਪੈਂਸ ਬਣਿਆ ਰਿਹਾ ਕਾਫੀ ਟਾਈਮ ਤੇ ਹੁਣ ਚਰਨਜੀਤ ਸਿੰਘ ਚੰਨੀ ਅਤੇ ਨਵਜੋਤ ਸਿੰਘ ਸਿੱਧੂ ਦੇ ਵਿੱਚ ਇੱਕ ਮੀਟਿੰਗ ਹੋਈ ਹੈ ਤੇ ਉਸ ਮੀਟਿੰਗ ਬਾਰੇ ਤੁਸੀਂ ਕੀ ਵਿਚਾਰ ਦੇਣਾ ਚਾਹੋ ਦੇਖੋ ਨਵਜੋਤ ਸਿੱਧੂ ਨੇ ਜਿਹੜੇ ਮੁੱਦੇ ਉਠਾਏ ਹੋਏ ਆ ਆਪਣੇ ਆਪ ਦੇ ਵਿੱਚ ਉਹ ਜਿਹੜੇ ਮੁੱਦੇ ਆ ਉਹ ਲੋਕ ਹਿੱਤ ਦੇ ਮੁੱਦੇ ਆ ਇਹਦੇ ਵਿੱਚ ਕੋਈ ਦੂਰ ਆਇਆ ਨਹੀਂ ਉਹ ਮੁੱਦੇ ਨੇ ਜਿਹੜੇ ਉਹਨਾਂ ਨੇ ਲੋਕਾਂ ਦੇ ਨਾਲ ਵਾਅਦਾ ਕੀਤਾ ਵੀ ਉਹ ਮੁੱਦੇ ਆ ਜਿਹੜੇ ਮਸਲੇ ਆ ਜਿਹੜੇ ਉਹ ਹੱਲ ਹੋਣਾ ਚਾਹੀਦੇ ਉਹਨਾਂ ਮੁੱਦਿਆਂ ਨੂੰ ਇਹ ਲੈ ਕੇ ਹੀ ਕੈਪਟਨ ਮਰਿੰਦਰ ਸਿੰਘ ਦੀ ਸਰਕਾਰ ਦਾ ਪਾਸਾ ਜਿਹੜਾ ਉਹ ਪਲਟਿਆ ਗਿਆ ਇਹ ਗੱਲ ਠੀਕ ਆ ਬਿਲਕੁਲ ਸਹੀ ਗੱਲ ਆ ਜਿਹੜੇ ਉਹ ਮੁੱਦੇ ਉਠਾਉਂਦੇ ਪਰ ਕਈ ਮੁੱਦੇ ਆ ਜਿਹੜੇ ਪਾਰਟੀ ਪਲੇਟਫਾਰਮ ਤੇ ਉਠਾਉਣੇ ਚਾਹੀਦੇ ਆ ਅੰਦਰ ਬੈਠ ਕੇ ਗੱਲ ਹੋਣੀ ਚਾਹੀਦੀ ਆ ਜਿਹੜੀ ਰਾਜਨੀਤੀ ਆ ਉਹਦੇ ਵਿੱਚ ਬਹੁਤ ਜਿਹੜਾ ਸੰਜਮ ਆ ਧੀਰਜਾ ਉਹ ਹੋਣਾ ਚਾਹੀਦਾ ਕਿਤਨਾ ਕਿਤੇ ਜਿਹੜੇ ਨਵਜੋ ਸਿੱਧੂ ਆ ਉਹ ਸੰਜਮ ਤੇ ਜਿਹੜਾ ਧੀਰਜਾ ਉਹ ਗਵਾ ਬੈਠਦੇ ਨੇ ਉਹਨਾਂ ਨੇ ਅਸਤੀਫਾ ਬਿਲਕੁਲ ਦਿੱਤਾ ਹੋਇਆ ਦੋ ਇਹ ਦੂਜੀ ਮੀਟਿੰਗ ਹੋਈ ਆ ਉੱਤੇ ਪਹਿਲਾਂ ਵੀ ਇੱਕ ਇਹਨਾਂ ਦੀ ਚੰਨੀ ਹੋਰਾਂ ਨਾਲ ਮੀਟਿੰਗ ਹੋ ਚੁੱਕੀ ਆ ਹਾਈ ਕਮਾਂਡ ਨੂੰ ਵੀ ਮਿਲ ਕੇ ਆਏ ਨੇ ਰੌਹਲ ਗਾਂਧੀ ਨੂੰ ਵੀ ਮਿਲ ਕੇ ਆਏ ਨੇ ਸੋਨਿਆ ਗਾਂਧੀ ਨੂੰ ਵੀ ਮਿਲ ਕੇ ਆਏ ਨੇ ਚਿੱਠੀ ਵੀ ਲਿਖੀ ਆ ਉੱਤੇ ਵੱਧ ਰਾਤ ਉਹਨਾਂ ਦੀ ਲੰਬੀ ਚੌ ਜੀਦੇ ਵਿੱਚ ਇਹੀ ਗੱਲ ਨਿਕਲ ਕੇ ਆ ਰਹੀ ਹੈ ਕਿ ਜਿਹੜੇ ਉਹਨਾਂ ਮੁੱਦਿਆਂ ਨੂੰ ਲੈ ਕੇ ਉਹਨਾਂ ਦੀ ਆਪਸੀ ਵਿੱਚ ਜਿਹੜੀ ਦਰਾੜ ਪਈ ਆ ਮਾਨੋ ਮਟਾਵ ਹੋਏ ਨੇ ਉਹ ਜਿਹੜੇ ਮੁੱਦੇ ਨੇ ਉਹ ਦੂਰ ਕਰ ਲਏ ਗਏ ਨੇ ਭਾਵੇਂ ਕਿ ਅੰਦਰ ਹਲੇ ਕੀ ਫੈਸਲੇ ਹੋ ਨਿਕਲ ਕੇ ਗੱਲ ਬਾਹਰ ਨਹੀਂ ਆ ਰਹੀ ਪਰ ਕਿਤੇ ਨਾ ਕਿਤੇ ਇਹ ਗੱਲ ਹੈਗੀ ਆ ਕਿ ਦੋਵਾਂ ਨੂੰ ਇਹ ਨੇੜੇ ਲੱਗ ਚੁੱਕੇ ਨੇ ਜੇਕਰ ਇਹ ਨਵਜੋ ਸਿੱਧੂ ਹੋਰਾਂ ਦੇ ਵਿੱਚ ਵੀ ਆਰਚ ਚੈਰਜ ਸਿੰਘ ਚੰਦੀ ਹੋਰਾਂ ਨੂੰ ਦੋਵਾਂ ਨੂੰ ਇਹ ਮਿਲ ਬੈਠ ਕੇ ਇਹ ਮਸਲੇ ਆ ਜਿਹੜੇ ਹੱਲ ਕਰਨੇ ਚਾਹੀਦੇ ਨੇ ਕਿਉਂਕਿ ਲੋਕਾਂ ਨੇ ਉਹਨਾਂ ਤੇ ਭਰੋਸਾ ਕੀਤਾ ਹੈ ਵਿਸ਼ਵਾਸ ਕੀਤਾ ਹੈ ਉਮੀਦਾਂ ਜਿਹੜੀ ਉਹਨਾਂ ਪਰ ਕੀਤੀ ਹੈ ਕਿ ਉਹ ਪੰਜਾਬ ਦੇ ਭਲੇ ਵਾਸਤੇ ਪੰਜਾਬੀਆਂ ਦੇ ਭਲੇ ਵਾਸਤੇ ਲੋਕਾਂ ਦੇ ਭਲੇ ਵਾਸਤੇ ਮਹੱਤਵਪੂਰਨ ਫੈਸਲੇ ਲੈਣਗੇ ਜਿਵੇਂ ਕਿ ਚਾਰੰਜੀ ਸਿੰਘ ਚੰਨੀ ਹੋਰੀ ਲੈ ਵੀ ਲੈ ਵੀ ਰਹੇ ਨੇ ਇਸ ਕਰਕੇ ਨਵਜੋਤ ਸਿੰਘ ਸਿੱਧੂ ਜਰ ਨੂੰ ਪਾਰਟੀ ਪਲੇਟਫਾਰਮ ਤੇ ਬੈਠਦੇ ਹੋਏ ਇਸ ਸਮੱਸਿਆ ਨੂੰ ਇਸ ਮਸਲੇ ਨੂੰ ਹੱਲ ਕਰਨ ਦੀ ਜ਼ਰੂਰਤ ਹੈ ਹਾਂ ਸਰ ਬਹੁਤ ਬਹੁਤ ਧੰਨਵਾਦ ਤੁਹਾਡਾ ਅੱਜ ਸਾਡੇ ਨਾਲ ਜੁੜਨ ਵਾਸਤੇ ਸੋ ਅੱਜ ਦੇ ਲਈ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਪਾਲਕੇ ਮੌਜੂਦ ਹੋਵਾਂਗੇ ਤਦ ਤੱਕ ਲਈ ਸਾਨੂੰ ਜੋ ਇਜਾਜ਼ਤ ਧੰਨਵਾਦ